ਜੰਗਲਾਂ ਚ ਵਾ ਕੇ ਲੱਗਦਾ ਸੀ ਮੌਕੇ ਖਤਮ ਹੋ ਗਏ ਪਰ ਉਹ ਤੋਂ ਬਾਅਦ ਉੱਠ ਕੇ ਵੀ 50 ਸਾਲ ਰਾਜ ਕਰ ਰਿਹਾ ਫਰਮਾਨ ਝੂਠੇ ਮੁਕਾਬਲਿਆਂ ਚ ਮਾਰ ਕੇ ਦੇਖ ਲੈ ਫਾਂਸੀਆਂ ਚਾੜ ਕੇ ਦੇਖ ਲੈ ਮੁੱਕੇ ਨਹੀਂ ਕਾਲੇ ਪਾਣੀ ਭੇਜ ਕੇ ਦੇਖ ਲੈ ਮੁੱਕੇ ਨਹੀਂ ਵੀ ਦੇ ਵਿੱਚ ਦੁਆਰਾ ਫੇਰ ਦਿਖਾਤਾ ਸਾਨੂੰ ਮੋਰਚੇ ਨੇ ਕਿ ਜਿਹੜੇ ਕਿਹੜੇ ਪੰਜਾਬ ਖਤਮ ਹੋ ਗਿਆ ਉਹ ਪੰਜਾਬ ਕਹਿੰਦਾ ਹਲੇ ਮੈਂ ਜਾਉਣਾ ਸੋ ਇਸ ਕਰਕੇ ਇਹ ਵਰਤਾਰੇ ਆਮ ਨਹੀਂ ਜੱਟਾ ਆ ਗਿਆ ਗੋਲੀਆਂ ਆ ਗਈਆਂ ਵਿਕੇ ਜਾਂਦੇ ਨੇ ਤੁਹਾਡੀ ਨਜ਼ਰ ਖੁਸ਼ੀ ਕਰਦੀ ਹੈ ਕਿਸੇ ਤਰੀਕੇ ਨਾਲ ਕਰਨ ਉਹ ਕਦੋਂ ਚਾਹੁੰਦੇ ਆ ਬਾਈ ਵੀ ਪੰਜਾਬ ਦੀ ਜਵਾਨੀ ਹੱਕਾਂ ਦੀ ਗੱਲ ਕਰੇ ਸੰਘਰਸ਼ਾਂ ਦੇ ਰਾਹ ਪਵੇ ਸਾਡੇ ਗੱਲ ਨੂੰ ਚੁਬੜੇ ਉਹ ਚਾਹੁੰਦੇ ਆ ਜਵਾਨੀ ਨੂੰ ਇੱਥੇ ਦੱਬ ਦਿਓ ਇੱਥੇ ਰਗੜ ਦਿਓ ਚਿੱਟਿਆਂ ਤੇ ਲਾਲ ਨੂੰ ਟੀਕਿਆਂ ਨਾਲ ਮਾਰ ਦਿਓ ਡੀਐਨਏ ਬਦਲ ਦਿਓ ਤੁਹਾਡਾ ਖੂਨ ਪੁੱਤਾਂ ਸੋਂ ਗੱਜਾ ਸੋਂ ਵਾਲਾ ਸੁੱਖਾ ਸੋਂ ਮਹਤਾਬ ਸੋਂ ਵਾਲਾ ਤੁਹਾਡਾ ਖੂਨ ਭਾਈ ਜੀਵਨ ਭਾਈ ਜੱਤੇ ਵਾਲਾ ਕਾਲੀ ਬੂੜਾ ਸੋਂ ਵਾਲਾ ਪਤਾ ਵੀ ਜਦੋਂ ਜਦੋਂ ਜਬਰ ਤੇ ਜਨਮ ਹੋਇਆ ਇਹ ਧਰਤੀ ਦੇ ਉੱਤੇ ਖੰਡਾ ਖੜ ਕੇ ਸਵਾਲ ਉੱਠੀ ਹੈ ਜੇ ਆਪਾਂ ਗੱਲ ਕਰਨੀ ਹੈ ਇੱਕ ਦੇਸ਼ ਇੱਕ ਧਰਮ ਇੱਕ ਬੋਲੀ ਦੀ ਤਾਂ ਇਹ ਦੱਬਣੇ ਪੈਣੇ ਆ ਦੂਜਾ ਜਾਂ ਕਿਉਂਕਿ ਇਹ ਰਾਹ ਦਾ ਰੋਲਾ ਬਣਨਗੇ ਇਹ ਰੁਕਾ ਰਹਣਗੇ ਇਸੇ ਕਰਕੇ ਵਰਤਾਰੇ ਆਮ ਦੀ 3 ਕਰੋੜ ਬੰਦਾ ਕਰੋਨੇ ਦੇ ਵਿੱਚ ਮਹੀਨਾ ਘਰਾਂ ਦੇ ਬਾਹਰ ਤਾਂ ਕੁਟੀੜੀ ਚੁਗਦੀ ਸੀ ਭਾਜੀ ਮਨਪਾਲ ਸਿੰਘ ਨੂੰ 18 ਮਾਰਚ ਨੂੰ ਪੁਲਿਸ ਲੱਗੀ ਉਹਦੇ ਪਿਛਲੇ ਸਾਲ ਦੀ ਗੱਲ ਹੈ ਮੋਗੇ ਦੇ ਮਤਲਬ ਪੰਚਾਇਤ ਆ ਗਈ ਕਹਿੰਦੇ ਵੀ ਸਾਡਾ ਮੁੰਡਾ ਫੜ ਲਿਆ ਸਾਡਾ ਮੁੰਡਾ ਤਾਂ ਕਿਤੇ ਗਿਆ ਹੀ ਨਹੀਂ ਅਮਰਪਾਲ ਦੇ ਨਾਲ ਦੇ ਘਰ ਚ ਨਹੀਂ ਗਿਆ ਕੋਈ ਫੋਨ ਤੇ ਨਹੀਂ ਗੱਲ ਹੋਈ ਕਹਿੰਦੇ ਮਿਲਿਆ ਨਹੀਂ ਉਹਨੂੰ ਵੀ ਫੜ ਕੇ ਲੈ ਗਏ ਮੈਨੇ ਲੈ ਗਏ ਸੀਏ ਚ ਮੋਗੇ ਪੱਕਾ ਸਾਰਾ ਪਰ ਇਹ ਰੁਕਣਾ ਨਹੀਂ ਪਈ ਕਿੰਨੇ ਹੋਣਗੇ 20,000 50,000 ਲੱਖ ਬੰਦਾ ਉੱਪਰ ਪੰਜਾਬ ਚ ਪਰ ਇਹ ਰੁਕਣਾ ਨਹੀਂ ਇਸ ਕਰਕੇ ਇਹਦਾ ਆਪ ਸਮਝ ਹੋਵੇ ਚੰਗਾ ਗਰਾਉਂਡਾਂ ਨਾਲ ਜੁੜ ਜਾਓਗੇ ਲਾਇਬ੍ਰੇਰੀ ਨਾਲ ਖੋਲ ਲਓਗੇ ਲਿਟਰੇਚਰ ਨਾਲ ਜੁੜ ਜਾਓਗੇ ਇਤਿਹਾਸ ਨਾਲ ਜੁੜ ਜਾਓਗੇ ਕਿਤਾਬਾਂ ਪੜ੍ਹ ਲਓਗੇ ਗੁਰਬਾਣੀ ਨਾਲ ਸਿੱਖੀ ਨਾਲ ਜੁੜ ਜਾਓਗੇ ਧਰਤੀ ਨਾਲ ਜੁੜ ਜਾਓਗੇ ਛੱਡ ਜਾਓਗੇ ਜੇ ਕੋਈ ਉਮੀਦ ਕਰੀ ਜਾਓਗੇ ਕੋਈ ਸਰਕਾਰ ਆਊਗੀ ਉਹ ਰੋਕੂਗੀ ਤਾਂ ਭੁੱਲ ਜਾਓ ਪਤਾ ਪੜ੍ਹ ਲਓ ਜਿੱਥੋਂ ਪਾਲਸੀਆਂ ਨੀਤੀਆਂ ਘੜੀਆਂ ਜਾਂਦੀਆਂ ਦਿੱਲੀ ਤੋਂ ਉਹ ਤੁਹਾਨੂੰ ਖਤਮ ਕਰਕੇ ਤੁਰੇ ਹੋਏ ਅਗਲੀ ਅਸੀਂ ਮਿਹਨਤ ਲਾਈ ਸੀ ਵੀ ਕਈ ਸਾਲ ਤੋਂ 4-5 ਸਾਲ ਤੋਂ ਚਲਾਈ ਹੋਈ ਹੈ ਕਿ ਭਈਏ ਭਜਾਓ ਪੰਜਾਬ ਬਚਾਓ ਕੰਮ ਆਪਣੇ ਬੰਦਿਆਂ ਨੂੰ ਦਿਓ ਮੇਰਾ ਵਿਰੋਧ ਬਹੁਤ ਹੋਇਆ ਵੀ ਭਈਏ ਭੱਜ ਕੇ ਕੰਮ ਕੌਣ ਕਰੂ ਕਰੋਨੇ ਵੇਲੇ ਸਾਰੇ ਭਈਏ ਭੱਜ ਕੇ ਕੋਈ ਕੰਮ ਨਹੀਂ ਹੋਇਆ 300 ਕਰੋੜ ਰੁਪਇਆ ਪੰਜਾਬ ਦੇ ਮਜ਼ਦੂਰਾਂ ਨੂੰ ਮਿਲਿਆ ਸਾਡੇ ਮਜ਼ਦੂਰਾਂ ਨੇ ਆਪਣੇ ਬੰਦਿਆਂ ਦੇ ਕੰਮ ਕੀਤਾ ਭਈਏ 70 ਤੋਂ 72 ਲੱਖ ਪੰਜਾਬ ਇਕੱਠੇ ਹੋ ਕੇ ਬਹਿ ਗਏ ਖੜ ਜਾਓ 2035-36 ਤੱਕ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਯੂਪੀ ਦੇ ਆਪਾਂ ਬਜਾ ਲਵਾਂ ਇਹ ਮੈਂ ਨਹੀਂ ਕਿਹਾ ਡਾਕਟਰ ਸੁਰਿੰਦਰ ਕੌਰ ਨੇ ਕਿਹਾ ਭਈਆ ਬੈਲ ਮਾਰੋ ਰੱਖਦਾ ਪੰਜਾਬ 'ਚ ਬੋਰਡ ਪਹਿਲਾਂ ਬਣ ਜਾਂਦੀ ਹੈ ਅਗਲੀ ਇਹ ਪਿੰਡ ਗਿਆ ਮੈਂ ਅਮਰੀਕਾ ਤੋਂ ਆਇਆ ਹੁੰਦਾ ਰੀਨ ਹੋਲਡਰ ਅਮਰੀਕਾ ਦਾ ਉਹ ਕਹਿੰਦਾ ਭਾਈ ਮੇਰੀ ਬੋਰਡ ਕੱਟਤੀ ਤੇ ਮੈਂ ਬੋਰਡ ਬਣਾਉਣ ਗਿਆ ਕਹਿੰਦਾ ਜਵਾਬ ਦਾ ਬੋਰਡ ਬਣਨੀ ਨਹੀਂ ਮੈਂ ਉੱਥੇ ਲੱਗਣਾ ਲੱਗਾ ਵੀ ਮੇਰਾ ਰਾਸ਼ਨ ਕਾਰਡ ਇੱਥੋਂ ਦਾ ਮੇਰੀ ਜ਼ਮੀਨ ਇੱਥੇ ਹੈ ਮੇਰਾ ਘਰ ਇੱਥੇ ਬੋਰਡ ਕਿਉਂ ਨਹੀਂ ਬਣਦੀ ਸਾਡੇ ਬੰਦਿਆਂ ਦੀ ਵੋਟ ਨਹੀਂ ਬਣਦੀ ਭਈਏ ਦਾ ਵੋਟਰ ਕਾਰਡ ਰਾਸ਼ਨ ਕਾਰਡ ਆਧਾਰ ਕਾਰਡ ਪੰਜਾਂ ਦਾ ਜਵਾਨ ਕੇ ਘਰੇ ਆ ਜਾਂਦਾ ਭਈਏ ਸਾਡੇ ਬੰਦਿਆਂ ਦਾ ਛੱਪਰ ਮਾਰਨ ਲੱਗ ਕੇ ਮੰਡੀਆਂ ਦੀ ਗੀੜੀ ਹੋ ਗਿਆ ਟਰੈਕਟਰ ਘੇਰਦੇ ਆ ਜੇ 2 ਬੰਦੇ ਹੱਕ ਨਾਲ ਵਿਰੋਧ ਕਰਦਾ 4 ਬੰਦਿਆਂ ਦੇ ਹੱਕ ਚ ਹੁੰਦੇ ਆ ਆਹ ਮਹਾਰਾਜ ਪਿੰਡ ਦੀ ਵੀਡੀਓ ਵੀ ਮੇਰੀ ਦੇਖੀ ਹੋਣੀ ਆ ਸੂਏ ਦੀ ਸੂਏ ਦੇ ਭਈਏ ਬੈਠੇ ਸੀਗੇ ਉੱਤੇ ਪਸ਼ੂ ਰੱਖੇ ਸੀ ਵਿੱਚੀ ਗੋਹਾ ਵਿੱਚੀ ਲੀੜੇ ਧੋਈ ਜਾਂਦੇ ਸੀ ਉਹ ਮੁੰਡੇ ਨੇ ਕਿਹਾ ਕਿ ਦੰਦ ਪਾਈ ਨੇ ਪਾਣੀ ਪੀਨੇ ਆ ਸੂਏ ਦਾ 20-25 ਭਈਏ ਦਾਹ ਲੈ ਕੇ ਤੇ ਘਰੇ ਵੜ ਗਏ ਰਾਤ ਦਾ ਟਾਈਮ ਸਾਨੂੰ ਸੁਨੇਹਾ ਲੱਗਿਆ ਪਿੰਡ ਨੂੰ ਆ ਗਏ ਬਾਈ ਭਈਏ ਤੇ ਬੱਲੇ ਉਹਦੇ ਗਵਾਂਢੀਆਂ ਨੇ ਉਹ ਭਈਏ ਆਪਣੇ ਘਰੇ ਬਿਠਾ ਲਏ ਆ ਸਾਡੇ ਆ ਹਾਲਾਤ ਨੇ ਬਸ ਸਰਕਾਰੀ ਨੌਕਰੀਆਂ ਤੇ ਪ੍ਰਾਈਵੇਟ ਨੌਕਰੀਆਂ ਤੇ ਆ 247 ਪੋਸਟਾਂ ਕੱਢੀਆਂ ਸਰਕਾਰ ਨੇ ਜੇਈ ਦੀਆਂ 55% ਬੰਦੇ ਯੂਪੀ ਬਿਹਾਰ ਹਿਮਾਚਲ ਹਰਿਆਣੇ ਤੋਂ ਆ ਪਟਵਾਰੀ ਰੱਖਿਆ ਸਰਕਾਰ ਨੇ ਪੰਜਾਬ ਸਰਕਾਰ ਨੇ 25 ਬੰਦੇ ਹਰਿਆਣੇ ਦੇ ਇੱਕੋ ਪਿੰਡ ਚ ਰੱਖੇ ਗਏ ਆ ਬੈਟਨ ਇੰਸਪੈਕਟਰ ਰੱਖੇ ਆ 268 ਪੋਸਟਾਂ ਸੀ 55% ਬੰਦੇ ਬਾਹਰਲੇ ਸੂਬਿਆਂ ਦੇ ਬਾਈ ਆਰਾਮੇ ਰਫੰਜ ਨਹੀਂ ਕਰ ਦਿਓ ਲੱਗਦਾ ਨੀ ਪੰਜਾਬ ਹਸਪਤਾਲ ਆ ਯੂਪੀ ਦਾ ਹਸਪਤਾਲ ਆ ਉੱਥੇ ਚੱਚੜ ਗਿਆਨਾ ਰਾਮਸਰਾ ਫੁੱਲੋ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਕੈਂਸਰ ਕਾਲੇ ਪੀਲੇ ਟੀਵੀ ਹੋ ਗਈ ਕਿਉਂ ਸਾਰਾ ਪਾਣੀ ਫੈਕਟਰੀ ਚਾਹ ਥੱਲੇ ਪਾਈ ਜਾਂਦੀ ਹੈ ਤੇ ਨੌਕਰੀਆਂ ਦੇ ਭਈਏ ਬੈਠੇ ਆ ਟੋਲ ਪਲਾਜ਼ਾ ਤੇ ਆ ਗਏ ਛੈਦਰਾਂ ਤੇ ਆ ਗਏ ਪੱਠਿਆਂ ਤੇ ਆ ਗਏ ਰੇਲੀਆਂ ਤੇ ਆ ਗਏ ਆ ਸਿਵਨਾ ਪਿੰਡ ਗਿਆ ਮੈਂ ਕੱਲ ਤੇ ਗਿਰਮਤੀ
ਉਹ ਮੁੰਡੇ ਕਹਿੰਦੇ ਭਾਈ ਇੱਥੇ ਨਹਿਰ ਦੇ ਉੱਤੇ ਰੇੜੀ ਲਾਉਂਦੇ ਆਣਗੇ, ਆਪਣੇ ਪੰਜਾਬੀ ਬੰਦ ਨੂੰ ਬਰਾਬਰ ਰੇੜੀ ਵੀ ਨਹੀਂ ਲਾਉਂਦੇ। ਅੱਜ ਜੀਤੇ ਫੈਕਟਰੀ ਹੈ, ਭਈਆਂ ਨੇ ਪੰਜਾਬੀ ਮੁੰਡੇ ਦੀ ਪੱਗ ਲਾਉਣੀ ਫੈਕਟਰੀ ਚ, ਪਿੰਡ ਦੇ ਬੰਦੇ ਅੱਧ ਵਿਚਾਰ ਉੱਠੇ ਬਾਕੀ ਘਰੇ ਬੈਠੇ ਰਹੇ, ਇਹ ਸਾਰੇ ਪਿੰਡ ਉੱਠ ਕੇ ਫੈਕਟਰੀ ਬੰਦ ਕੀਤੀ ਹੁੰਦੀ, ਪੁੱਛਿਆ ਤਾਂ ਗੱਲ ਕਰ ਭਾਈ ਕੀ ਗੱਲ ਆ। ਅੱਜ ਤਾਂ ਪੱਗਾਂ ਲਾਉਂਦੇ ਨੇ ਭਾਈ, ਯਾਦ ਰੱਖਿਓ ਕਿ ਕੰਡੇ ਜਿਹੜੇ ਆਪਾਂ ਬੀਜ ਰਹੇ ਹਾਂ ਇਹ ਦੁੱਖ ਦੇਣਗੇ, ਘਰਾਂ ਚ ਆ ਕੇ ਚੁੱਭਣ ਦੇ ਧੀਆਂ ਭੈਣਾਂ। ਆ ਵੀਡੀਓ ਦੇਖੀ ਹੈ ਕਿਸੇ ਨੇ? ਆ ਲੁਧਿਆਣਾ ਲਾਈਵ ਦੇ ਉੱਤੇ ਨਾ ਲੁਧਿਆਣਾ ਲਾਈਵ ਦਾ ਪੇਜ ਆ, ਤੁਸੀਂ ਦੇਖ ਲਓ ਆਪਣੇ ਇਹਦੇ ਉੱਤੇ ਜਾ ਕੇ ਫੇਸਬੁੱਕ ਦੇ ਉੱਤੇ ਲੁਧਿਆਣਾ ਲਾਈਵ ਭਰ ਲਿਓ ਬਾਈ, ਤੁਹਾਡੇ ਸਾਹਮਣੇ ਇੱਕ ਵੀਡੀਓ ਆਊਗੀ। ਉਹ ਇੱਕ ਭਈਆ ਸਮਰਾਲੇ ਦੀ ਵੀਡੀਓ ਆ, ਕੀ ਕਹਿ ਰਿਹਾ ਸੁਣ ਲਿਓ। ਆ ਸੁਣਾਉਣਾ ਵੀ ਮਾੜੀ ਜੀ, ਮੈਂ ਸੁਣ ਲਿਓ। ਸੁਣ ਲੋ ਕਹਿੰਦਾ ਤੂੰ ਜਾ ਕੈਨੇਡਾ, ਤੇਰੀ ਜਿੰਨਾ ਨੀ ਮੈਂ ਸਾਂਭਦਾ, ਜਿਹੜਾ ਜਿਹੜਾ ਤੇਰਾ ਪੁੱਤ ਹੁੰਦਾ ਸਾਡਾ ਕਹਿੰਦਾ ਤੇਰਾ ਨੀ। ਸਮਰਾਲੇ ਦੀ ਵੀਡੀਓ ਆ, ਪੁਲਿਸ ਨੂੰ ਫੜ ਕੇ ਰੇਦਾ, ਪੁਲਿਸ ਨੇ ਛੱਡਤਾ, ਸਾਈਬਰ ਕ੍ਰਾਈਮ ਦਾ ਕੇਸ ਹੈ ਜੀ। ਸਾਡੇ ਬੰਦੇ ਹਲੇ ਵੀ ਭੰਡਾ ਜਾ ਕੇ ਭੁਗਤਣਗੇ ਦੇਖ ਲਓ। ਆ ਸੁਲਤਾਨਪੁਰ ਲੋਧੀਪੁਰ ਮੈਂ ਗਿਆ, ਚਾਰ ਪਿੰਡਾਂ ਦੇ ਸਰਪੰਚ ਭਈਏ ਹੋਣੇ ਬੈਠੇ ਆ, ਜਿਹਦੀ ਗਿਣਤੀ ਆ ਸੁਣਵਾਈ ਉਹਦੀ ਹੋਣੀ ਆ ਬਾਈ। ਆ ਚੰਨੀ ਭੋਜਪੁਰੀ ਗਾਣਾ ਨੱਚਦਾ ਸੀਗਾ, ਪਿੱਛੇ ਵੀਡੀਓ ਆਈ ਹੈ, ਐਸ ਪੀ ਜਿਹੜਾ ਖੜਾ ਹੋ ਲੁਧਿਆਣੇ ਦੇ ਵਿੱਚ ਭੋਜਪੁਰੀ ਬੇਨਤੀ ਕਰੋ ਜਿਹੜਾ ਸਰਪੰਚ ਬਾਈ ਚੁਣੋਗੇ ਕਿ ਬਾਈ ਮਤਾ ਪਾ ਪਹਿਲ ਦੇ ਆਧਾਰ ਦੇ ਉੱਤੇ ਕਿ ਭਈਏ ਦੀ ਵੋਟ ਪਿੰਡ ਚ ਬਣਦੀ ਹੈ। ਇਹ ਲਹਿਰ ਅਸੀਂ ਮਹਿਮਤ ਪੂਰੇ ਪੰਜਾਬ ਚ ਲਾਈ ਹੋਈ ਹੈ, ਲੋਕਾਂ ਨੂੰ ਅਪੀਲ ਵੀ ਕਰ ਰਹੇ ਹਾਂ ਵੀ ਭੰਗਾਂ ਦੀਆਂ ਵੋਟਾਂ ਪਿੰਡਾਂ ਚ ਨਾ ਬਣਨ। ਸੇਵੇ ਦੇ ਗੁਰੂ ਘਰ ਕਿੰਨੇ ਆ ਬਾਈ ਪਿੰਡ ਚ? ਬੰਦਾ ਕਿਹੜਾ ਸਤਿਕਾਰ ਕਰਦੇ ਹੋ? ਬਹੁਤ ਵਧੀਆ ਗੱਲ। ਮੈਂ ਨੰਗਿਆਂ ਵਾਲੇ ਗਿਆ ਬਾਈ, 13 ਗੁਰਦੁਆਰੇ ਗਿਆ ਤੇ ਆਉਣ 11 ਚੁੱਕੇ ਗੁਰਦ ਗਿਆ, ਪੁੱਛਿਆ ਗੁਰਦੁਆਰੇ ਕਹਿੰਦੇ ਇੱਕੋ ਹੀ ਹੈ। ਮੈਂ ਬਹੁਤ ਵਧੀਆ ਗੱਲ ਹੈ, ਕਹਿੰਦੇ ਪਰ ਵਿਚਾਲੇ ਕੰਧ ਕੱਢੀ ਹੁੰਦੀ। ਮੈਂ ਸੇਵੇ ਕਹਿੰਦੇ ਦੋ ਹੈ, ਮੈਂ ਇਕੱਠੇ ਕਰ ਲਓ ਯਾਰ। ਕਹਿੰਦੇ ਨਾ ਨਾ ਬਾਈ, ਦੁਆਰੇ ਜਾ ਗੱਲਾਂ ਕਹਿੰਦੇ ਸਾਡੇ ਡਾਂਗਾ ਖੜੀਆਂ ਪਿੰਡ ਚ ਯਾਰ, ਸਾਡੇ ਗੁਰੂਆਂ ਨੇ ਸੈਂਕੜੇ ਸਾਲ ਪਹਿਲਾਂ ਜਾਤਾਂ ਪਾਤਾਂ ਊਠ ਨੀਚ ਭੇਦਭਾਵ ਕੱਟ ਦਿੱਤੇ, ਜੋ ਬ੍ਰਾਹਮਣ ਵਾਦ ਮਨੋਵਾਦ ਨੇ ਸਾਨੂੰ ਜਾਤਾਂ ਚ ਵਰਨਾ ਚ ਵੰਡਿਆ ਸੀ। ਸੈਂਕੜੇ ਸਾਲ ਬਾਅਦ ਵੀ ਅਸੀਂ ਬੰਦਾ ਇਕੱਠਾ ਨਹੀਂ ਫੁੱਕ ਸਕਦੇ, ਗੁਰੂ ਘਰ ਦੇ ਸਿਰੇ ਜਾਤਾਂ ਦੇ ਨਾਉਂਦੇ ਬਣਾਏ ਹੋਏ ਨੇ। ਅਸੀਂ ਕਹਿੰਦੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਹੁਣ ਨਾ ਰਿਹਾ ਸੀ ਯਾਰ। ਚੰਗੀ ਗੱਲ ਆ ਗੁਰੂ ਘਰ ਦੇ ਸਿਰੇ ਇਕੱਠੇ ਨੇ, ਮੈਂ ਤਾਂ ਇਹ ਕਹੂੰਗਾ ਕਿ ਤੂੰ ਕਿਰਤ ਪਾਓ, ਕਮੇਟੀ ਬਣਾ ਲਓ ਬਾਈ ਪਿੰਡ ਦੀ, ਸਰਨਾਲ ਆਪਾਂ ਗੁਰੂ ਘਰ ਇਕੱਠੇ ਹੁੰਦੇ, 100 ਰੁਪਇਆ ਕੱਢਿਆ ਕਰੋ ਹਰ ਘਰ, ਜਿਹੜਾ ਪਿੰਡ ਦਾ ਗਰੀਬ ਬੰਦਾ ਬਿਨਾਂ ਰਾਜ ਤੋਂ ਮਰਦਾ ਦੀ ਮਦਦ ਕਰੋ, ਬਿਨਾਂ ਘਰ ਤੋਂ ਬੈਠਾ ਦੀ ਮਦਦ ਕਰੋ। ਫਿਰ ਆਪਾਂ ਕਹਿੰਦੇ ਸਾਡੇ ਬੰਦੇ ਸਹਾਈ ਹੋ ਗਏ ਜੀ, ਸਾਡੇ ਬੰਦੇ ਡੇਰਿਆਂ ਵੱਲ ਹੋ ਗਏ ਜੀ, ਜਦੋਂ ਆਪਾਂ ਆਪਣੇ ਬੰਦੇ ਦੀ ਬਾਂਹ ਨੀ ਫੜਦੀ ਬਾਈ, ਗਰੀਬ ਬੰਦੇ ਦੀ ਮਜ਼ਬੂਰੀ ਹੁੰਦੀ ਹੈ ਉਹਨਾਂ ਜਾਣੇ ਹੁੰਦਾ। ਸੋ ਇਹ ਉਹ ਲੋਕ ਨੇ ਜਿਹੜੇ ਸਾਡੇ ਬਰਾਬਰ ਖੜ ਕੇ ਜੰਗਾਂ ਯੁੱਧਾਂ ਦੇ ਲੜੇ ਆ, ਭਾਈ ਜੀ ਜੈਤਿਆਂ ਦੇ ਵਾਰਸ, ਸਾਡੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਆ, ਇਸਤਾਂ ਅਣਖਾਂ ਦੇ ਖਵਾਲੇ ਰਹੇ ਆ। ਆਪਾਂ ਨੂੰ ਅੱਜ ਇਹਨਾਂ ਦੀ ਬਾਂਹ ਫੜਨ ਦੀ ਲੋੜ ਆ ਬਾਈ, ਨਾ ਖੜਨ ਦੀ ਲੋੜ ਹੈ। ਏਜੰਸੀਆਂ ਦਾ ਦੁਸ਼ਮਣ ਦਾ ਲਗਾਤਾਰ ਜ਼ੋਰ ਲੱਗਿਆ ਪਿਆ ਵੀ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਦੇ ਅੰਦਰ ਪਿੰਡਾਂ ਦੇ ਵਿੱਚ ਜਾਤ ਪਾਤ ਦੇ ਉੱਤੇ ਲਾਏ ਜਾਣ ਲੋਕ। ਰੋਜ਼ ਕੋਈ ਨਾ ਕੋਈ ਵੀਡੀਓ ਤੁਸੀਂ ਇਹੋ ਜਿਹੀ ਦੇਖਦੇ ਹੋਵੋਗੇ ਕਿ ਲਗਾਤਾਰ ਜਿਹੀਆਂ ਵੀਡੀਓ ਆ ਰਹੀਆਂ। ਅਗਲੀ ਬੇਨਤੀ ਹੈ ਪਿੰਡ ਵਾਲਿਓ ਕਿ ਬਾਈ ਤੁਸੀਂ ਆਪਣੀਆਂ ਜ਼ਮੀਨਾਂ ਨਾ ਵੇਚਿਓ, ਕਿਸੇ ਵੀ ਕੀਮਤ ਤੇ ਨਾ ਵੇਚਿਓ, ਚਾਹੇ ਤੁਹਾਨੂੰ 50 ਕਰੋੜ ਰੁਪਏ ਦਾ ਦੇਵੇ। ਤੁਹਾਡੀ ਜ਼ਮੀਨ, ਤੁਹਾਡੀ ਧਰਤੀ ਦੀ ਦੁਨੀਆਂ ਦੇ ਉੱਤੇ ਕੋਈ ਕੀਮਤੀ ਹੈ ਨਹੀਂ, ਕੋਈ ਬੇਸ਼ਕੀਮਤੀ ਹੈ, ਪੂਰੀ ਦੁਨੀਆਂ ਦੀ ਅੱਖ ਤੁਹਾਡੀ ਜ਼ਮੀਨ ਤੇ ਆ ਬਾਈ, ਧਰਤੀ ਤੇ ਆ।
ਨਵਲੇਕੁੰਡ ਲੈ ਗਿਆ, ਪਰਿਵਾਰ ਦੁਨੀਆ ਦਾ ਪ੍ਰਧਾਨ ਮਿਲਿਆ ਉਹਨਾਂ ਨਾਲ ਲੱਖੇ। ਇਸ ਵੇਲੇ ਹਜ਼ਾਰਾਂ ਏਕੜ ਪੈਲੀ ਬਾਹਰਲੀਆਂ ਕੰਪਨੀਆਂ ਆ ਕੇ ਪੰਜਾਬ ਦੇ ਵਿੱਚ ਦੇ ਚੁੱਕੀਆਂ ਨੇ। 4000 ਕਿੱਲਾ ਮਲੋੜ ਕੋਲੇ ਕਿਸੇ ਪ੍ਰਾਈਵੇਟ ਕੰਪਨੀਆਂ 30 ਸਾਲਾਂ ਪੱਟੇ ਤੇ ਲਿਆ, 90-92 ਹਜ਼ਾਰ ਰੁਪਇਆ ਠੇਕਾ ਲਿਆ, 5% ਕਦੇ ਹਰ ਸਾਲ ਵਧਾਇਆ ਕਰਾਂਗੇ। ਕਈ ਇਕੱਠੇ ਠੇਕਾ 5-7 ਸਾਲ ਦਾ ਲੋਕਾਂ ਨੂੰ ਉਹਨਾਂ ਨੇ ਖਾਤਿਆਂ ਚ ਪਵਾਤਾ। ਲੋਕਾਂ ਨੂੰ ਲੱਗਿਆ ਇੰਨੇ ਪੈਸੇ ਆ ਗਏ, ਉਹ ਦੇਖੋ ਦੇਖ ਹੀ ਲੋਕਾਂ ਨੇ ਕਿਸੇ 5-10 ਕਿਸੇ 15 ਕਿਸੇ 20 ਐਂ ਜ਼ਮੀਨ ਦਿੱਤੀ 4000 ਰੁਪਇਆ। ਉਹ ਇੰਨੀਆਂ ਜ਼ਮੀਨਾਂ ਕਿਉਂ ਪੱਟੀਆਂ ਕਰੀ ਜਾਂਦੇ ਨੇ ਬਾਈ? ਇੱਥੇ ਭੁੱਚੋ ਮੰਡੀ ਕੋਲੇ 100 ਕਿੱਲਾ ਜ਼ਮੀਨ ਕਿਸੇ ਪ੍ਰਾਈਵੇਟ ਕੰਪਨੀ ਨੇ ਖਰੀਦ ਕੇ ਛੱਡੀ ਹੈ, 3 ਸਾਲ ਹੋ ਗਏ ਵਿਹਲੀ ਪਈ ਆ ਬਾਈ, ਕੋਈ ਬਦਲ ਨਹੀਂ ਬੀਜੀ। ਉਹ ਕਮਲੇ ਦਾ ਬਾਈ ਹੈ ਨਹੀਂ, ਵੀ 3-3 ਸਾਲ ਤੋਂ ਅਰਬਾਂ ਦੀ ਜ਼ਮੀਨ ਲੈ ਕੇ ਵਿਹਲੀ ਰੱਖੀ ਬੈਠੇ। ਪਤਾ ਅਗਲੇ ਨੂੰ ਵੀ ਜਿੰਨੇ ਹਾਈਵੇ ਨਿਕਲ ਰਹੇ ਨੇ, ਭਾਰਤ ਬਾਹਰ ਤਹਿਤ ਹਾਈਵੇ ਬਣ ਰਹੇ ਨੇ, 2700 ਕਿਲੋਮੀਟਰ ਦੇ ਹਾਈਵੇ ਪੰਜਾਬ ਚ ਬਣੇ ਆ। ਆਹ ਸਾਰੇ ਜੋੜ ਤੇ ਵਾਹਗਾ ਬਾਰਡਰਾਂ ਨਾਲ, ਸੈਨੀਵਾਲਾ ਬਾਰਡਰਾਂ ਨਾਲ, ਕਾਂਡ ਦਾ ਗੁਜਰਾਤ ਬੰਗਾਲ ਦੀਆਂ ਬੰਦਰਗਾਹਾਂ ਨਾਲ 40-40 ਸੀ ਕਰਮਾਂ ਦੇ ਚੌੜਿਆ 20-20 ਫੁੱਟ ਉੱਚੇ ਆ, 100 ਕਿਲੋਮੀਟਰ ਤੱਕ ਘੱਟ ਨਹੀਂ। ਇਹ ਆਪਣੀ ਕੱਟ ਥੋੜੀ ਹੈ, ਇਹ ਵਪਾਰ ਹੋਣੇ ਉੱਥੋਂ ਦੀ ਸੜਕਾਂ ਰਾਹੀਂ, ਰੇਲਾਂ ਰਾਹੀਂ। ਆਹ ਬਾਰਡਰਾਂ ਲਾਂਘੇ ਖੁੱਲ ਜਾਣੇ ਆ, ਚੀਨ ਤੋਂ ਲੈ ਕੇ ਯੂਰਪ ਤੱਕ 6000 ਕਿਲੋਮੀਟਰ ਦੀ ਰੇਲ ਦੀ ਲੀਹ ਤੇ ਸੜਕ ਬਣਾਈ ਜਾ ਚੁੱਕੀ ਹੈ। ਖੜਜੋ 4-5 ਸਾਲ ਜੇ ਗਿਫਟ ਥਾਂ ਦੀ ਕਿਤੇ ਕੀਮਤ ਤੇ ਭਾਲੀ ਝਾਲੀ ਤੇ ਮੈਨੂੰ ਕਿਹੋ ਨੀ ਕਿਹੋ। ਸਾਡੇ ਮੁੰਡੇ ਕਹਿੰਦਾ ਬਾਪੂ ਬੇਚ ਕਿੱਲਾ ਅਮਰੀਕਾ ਜਾਣਾ, ਬੇਚ ਅੱਧਾ ਕਿੱਲਾ ਕੈਨੇਡਾ ਜਾਣਾ। ਕਿਸੇ ਨੇ ਤੁਹਾਡੇ ਪਿੰਡੋ ਜਿਹੜੇ ਜ਼ਮੀਨਾਂ ਵੇਚ ਕੇ ਗਿਆ ਬਾਈ, ਵਾਪਸ ਲਈ ਆ ਲਈ ਨੀ ਜਾਣੀ? 4 ਸਾਲ ਨੂੰ ਗਿਫਟ ਥਾਂ ਨੀ ਲਿਆ ਜਾਣਾ ਬਾਈ, ਯਾਦ ਰੱਖਿਓ ਬੜੀ ਗੱਲ। ਸਭ ਤੋਂ ਪਹਿਲਾਂ ਜ਼ਮੀਨਾਂ ਵੇਚੀਆਂ ਲੋਕਾਂ ਨੇ ਖੰਡ ਮੋਹਾਲੀ ਦੇ ਏਰੀਏ ਚ, 25-25-30 ਕਰੋੜ ਦੇ ਕਿੱਲੇ ਮਲੰਗ ਹੋ ਕੇ ਜਾਣ ਵਾਲੇ ਸੜਕਾਂ ਤੇ ਆ ਗਏ। ਕਿਸੇ ਵੱਡੇ ਘਰ ਪਾ ਲਏ, ਕਿਸੇ ਕੋਠੀਆਂ ਪਾ ਕਾਰਾਂ ਪਾ ਲੈ ਲਈਆਂ। ਉਹ 10-10 ਸਾਲ ਹੋ ਕੇ ਗਿਆ, ਕੋਠੀਆਂ ਵੀ ਕਾਰਾਂ ਵੀ ਮਲੰਗ ਹੋ ਸੜਕਾਂ ਤੇ ਆ ਗਏ। ਭੋਲਦੇ ਹੋਏ ਫਿਲਮ ਆਈ ਹੈ, ਭੋਲਦੇ ਹੋਏ ਦੇਖ ਲਿਓ, ਉਹ ਫਿਲਮ ਇਸੇ ਦੇ ਆਧਾਰ ਤੇ ਸੱਚੀ ਕਹਾਣੀ ਹੈ ਵੀ ਕਿਵੇਂ ਉਹਨਾਂ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਤੇ ਆਪਣੀਆਂ ਜ਼ਮੀਨਾਂ ਦੇ ਉੱਤੇ ਬਣੇ ਹੋਏ ਮਾਲ ਦੇ ਵਿੱਚ ਬਣੀ ਹੋਈ ਵੱਡੀ ਹੱਟ ਦੇ ਉੱਤੇ ਉਹੀ ਜ਼ਮੀਨ ਦਾ ਮਾਲਕ ਦਿਹਾੜੀ ਕਰਦਾ। ਸੱਚੀ ਕਹਾਣੀ ਹੈ ਖੜ ਮਾਲੀ ਦੇ ਲਈ, ਜਿੱਥੇ 25-25-30 ਕਰੋੜ ਚੱਲੇ ਲੱਗੇ। ਦੁਨੀਆ ਦੇ ਦੋ ਚੀਜ਼ਾਂ ਦੀ ਕੀਮਤ ਆ ਬਾਈ, ਧਰਤੀ ਦੇ ਸਿਆਉਣਾ ਇੱਕ ਦੇ ਘਟਣੀ ਨਾ, ਅੱਜ ਨਾ ਪਹਿਲਾਂ 3 ਸਦੀਆਂ ਬਾਅਦ ਤੇ ਹਮੇਸ਼ਾ ਰਹਿਣੀ ਹੈ। ਤੁਹਾਡੇ ਕੋਲ ਦੁਨੀਆ ਦੀ ਉਹ ਧਰਤੀ ਹੈ ਜਿਹੜੀ 100 ਮਰਦਾਨੇ ਪੈਦਾ ਕਰਦੀ ਹੈ, 125 ਮਰਦਾਨੇ ਪੈਦਾ ਕਰਦੀ ਆ। ਦੁਨੀਆ ਦੀ ਕੋਈ ਧਰਤੀ ਉੱਤਰ ਦੱਖਣ ਪੂਰਬ ਪੱਛਮ 50 ਮਰ ਤੋਂ ਬਾਅਦ ਦਾਣੇ ਨਹੀਂ ਪੈਦਾ ਕਰਦੀ ਬਾਈ। 6-6 ਮਹੀਨੇ ਵਰਖਾ ਪਈ ਜਾਂਦੇ ਆ ਲੋਕਾਂ ਕੋਲ, 6-6 ਮਹੀਨੇ ਸੂਰਜ ਵੀ ਨਿਕਲਦਾ ਨਾਲ ਵਾਲੇ ਦੇਸ਼ਾਂ ਦੇ। ਤੁਹਾਡੇ ਕੋਲ 6 ਰੁੱਤਾਂ ਨੇ ਬਾਈ, ਦੁਨੀਆ ਦੀ 3ਜੀ ਸੰਸਾਰ ਚੰਗ ਪਾਣੀ ਦੇ ਭੋਜਨ ਪਿੱਛੇ ਹੋਣੀ ਹੈ। ਪਾਣੀ ਮੁੱਕਣਾ, ਭੋਜਨ ਦਾ ਥੁੜ ਪੈਣਾ, ਕਾਲ ਪੈਣਾ। ਤੁਹਾਡੇ ਕੋਲ ਦੋਨੇ ਚੀਜ਼ਾਂ ਬਹੁਤ ਆ। ਜੇ 4-5 ਸਾਲ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਵਿਚਾਰੇ ਲਾ ਕੇ ਲੈ ਕੇ ਲੈ ਲਓ ਬਾਈ, ਰਾਜ ਕਰੂਗਾ ਪੰਜਾਬ ਪੂਰੀ ਦੁਨੀਆ। ਇਹ ਧਰਤੀ ਇਹ ਜ਼ਮੀਨ ਆਪਾਂ ਉਦੋਂ ਨਹੀਂ ਛੱਡੀ ਜੋ ਵੱਡੇ ਵੱਡੇ ਧਾਰ ਦੀ ਹਮਲਾਵਰ ਇੱਥੇ ਆਏ, ਚੜ ਕੇ ਮੂੰਹ ਭੰਨ ਕੇ ਮੋੜੇ, ਖੂਨ ਵੀ ਡੋਲਿਆ, ਸਿਰ ਵੀ ਲਾਇਆ, ਉਦੋਂ ਹੀ ਆਪਾਂ ਛੱਡ ਕੇ ਭੱਜੇ ਆਪਣਾ ਦਾਵਾ ਤੇ ਕਰਜ਼ਾ। ਅੱਜ ਆਪਾਂ ਬਹੁਤ ਸੌਖੀ ਛੱਡ ਰਹੇ ਹਾਂ, ਤਾਂ ਆਪਾਂ ਸਾਰਾ ਖਾਲੀ ਹੈ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ, ਪਿੰਡਾਂ ਦੇ ਪਿੰਡ ਪਹਿਲਾਂ ਜਿੰਦੇ ਕੰਮ ਪੁਰੇ ਆ ਭਈਏ ਬੈਠੇ ਆ, ਆਪਾਂ ਮਾਝਾ ਦੇ ਮਾਲਵਾ ਹੁਣ ਕਰ ਚੱਲਿਆ। ਤੁਹਾਡੇ ਪਿੰਡੋਂ ਕਿੰਨੇ ਗਏ ਬਾਈ? 20 ਸਾਲ ਨੂੰ 4 ਬੰਦੇ ਮਸਾਂ ਭਾਲਿਆ ਕਰੋਗੇ, ਵੀ ਕੋਈ ਬੁੜਾ ਮਰ ਗਿਆ ਜਾ ਕੇ ਸੇਵਾ ਦੇ ਜਾਣਾ, ਤੇ ਸਾਰਾ ਖਾਲੀ ਹੋਰ ਤਰ੍ਹਾਂ ਦਾ ਪੰਜਾਬ। ਪਤਾ ਨੀ ਕੀ ਆਪਾਂ ਨੂੰ ਭੇਟ ਚਾਲ ਆ, ਲਾਈ ਲੱਗ ਬਹੁਤ ਆਪਾਂ ਨੂੰ। ਮਾਮੇ ਦਾ ਗਿਆ, ਮਾਸੀ ਦਾ ਮੁੰਡਾ ਗਿਆ, ਤਾਏ ਦੀ ਕੁੜੀ ਗਈ, ਚਾਚੇ ਦੀ ਕੁੜੀ ਗਈ, ਗੁਆਂਢਾਂ ਦਾ ਗਿਆ, ਫਲਾਣਾ ਦੀ ਕੁੜੀ ਗਈ, ਚਲੋ ਬਈ ਅਟਵਾਲ ਤੋਂ ਆ ਗਿਆ ਮੁੰਡਾ, 42 ਲੱਖ ਰੁਪਇਆ ਲਾ ਕੇ 2 ਨੰਬਰ ਦੇ ਅਮਰੀਕਾ। ਮੈਂ ਬਹੁਤ ਕੁੱਟਿਆ, ਮੈਂ ਨਾ ਜਾ, ਉਹ ਨਾ ਜਾ ਕੁੜੀ ਨੀ ਉੱਥੇ, 6 ਮਹੀਨੇ ਹੋਏ ਪਹਿਲਾਂ ਮੈਂ ਘਰ ਰੋਈ ਜਾਂਦਾ, ਡਿਪਰੈਸ਼ਨ ਦਾ ਸ਼ਿਕਾਰ ਦੀ ਜਵਾਨੀ ਉੱਥੇ ਜਾ ਕੇ। ਐਡੀ ਸੋਹਣੀ ਵਿਰਾਸਤ ਆ ਰਹੀ, ਸੋਹਣੀ ਕਹਾਣੀ ਹੈ ਤੁਹਾਡੀ, ਆ ਕਣਕ ਵੱਢੋਗੇ ਤੋ ਲੰਘ ਕਣਕ ਪਾ ਲੋਗੇ, ਸਾਲ ਭਰ ਚਾਹੇ ਟੱਕਾ ਅੰਗਲਾ ਕਰੋ ਰੋਟੀ ਫੇਰ ਹੀ ਮਿਲਦੀ, ਸਾਲ ਭਰ ਦੀ ਕਮਾਈ 5-10 ਲੱਖ ਘਰੇ ਆ ਜੀ। ਉੱਥੇ ਜਾ ਵੜੋ, 4 ਦਿਨ ਕੰਮ ਕਰਨਾ ਜਾਓ ਭੁੱਖੇ ਮਰ ਜਾਓ, ਸਾਰਾ ਸਾਰਾ ਸਾਲ ਕੰਮ ਕਰਨਾ, ਦਿਨ ਰਾਤ ਕੰਮ ਕਰਨਾ ਪੈਂਦਾ। ਇੱਥੇ ਘਰ ਦੇ ਵਿੱਚ ਇੱਕ ਕਮਾਊ ਹੁੰਦਾ, 15-10 ਖਾਣ ਵਾਲੇ ਹੁੰਦੇ ਆ, ਉੱਥੇ
अगविंदपुरे का मुंडा इतने बैठा हूं बीबे चौक च सब्जी बेचता मैं पूछा मैं किन्ने बट लेना कह लगे तीन चार बजे आना है 1500 2000 2200 2500 बट के जाओ 7-8 बजे घरे आ जाने चार घंटे 2000 2200 थोड़ा जा भैया यूपी के हाथों आते हैं लुधियाने वर्ग शहर जिथे गाठ थां भी कई अरबा करोड़ों का लखा का उठे प्लाट लैके कोठियां पाई बैठे आ जमीना ले जाते हैं कल ट्रैक्टर होंगे लगाते इतने लैके तंते कोई कपड़े लगते कपड़े नहीं होंगे साढ़े वाले कहते काम नहीं है नहीं जमीन 5 किले ट्रैक्टर जरूरी है जमीन 2.5 किले ट्रैक्टर सुराज पट्टा चल गेर पुणे कराची आते घमंड कर जा रहा था आ ट्रैक्टर जा सकते मार्क मेरे मित्र ने दाते ने भाई चाहिए ना ना चाहे वो लक्के लोग क्या मेरे 5-5-7 किले पहले ट्रैक्टर आप चल सुराज जरूरी है 10-10 लाख दे ये जमीन हमारे पुरखे ने बाधा बोलते हैं हवा के भी बनाना जोड़ना ने जमीना घट गई त्रौनिया कटिया ने सड़क निकलिया घर बह गए ਰੰਗ ਮਾਰਦੇ ਸੀ ਪਰ ਚੇ ਉਹ 16 ਮਰੇ ਤੇ 6 ਮਹੀਨੇ ਜੇਲ੍ਹ ਕੱਟ ਕੇ ਆਇਆ ਅੱਜ ਪੂਰਾ ਇਲਾਕੇ ਨੂੰ 8-9 ਸਾਲ ਹੋ ਗਏ ਆ ਪਿੱਛੇ ਸਕੂਲ ਚ ਪੰਗਾ ਪੈ ਰਿਹਾ ਆਪਣੇ ਮਿਲਾ ਪ੍ਰਿੰਸੀਪਲ ਨੂੰ ਪੰਜਾਬੀ ਨਹੀਂ ਆਉਂਦੀ ਜਵਾਕਾਂ ਨੂੰ ਬੋਲਣ ਨਹੀਂ ਦਿੰਦਾ ਫੜ ਲਿਆ ਮੈਨੂੰ ਰੱਟੇ ਲੈ ਆਏ ਆਖ ਨੇ ਰਾਤ ਨੂੰ 10-11 ਵਜੇ ਡੀਜੀਪੀ ਆ ਗਿਆ ਕਹਿੰਦਾ ਲੱਖਿਆ ਅੱਛੇ ਜੇ ਪਰਚਾ ਦੇ ਮੈਂ ਸਕੂਲ ਚ ਗਿਆ ਤਾਂ ਮੈਂ ਪਹਿਲਾਂ ਚੱਲ ਜਾ 15-16 ਕਰੋੜ ਦੇ ਦਿਓ ਕੋਈ ਗੱਲ ਨਹੀਂ ਫੜ ਜਾ ਹਾਲ ਨਾ ਸਕੂਲ ਜਾਓ ਕਹਿੰਦਾ ਹਾਲ ਅਸੀਂ ਕਰਾ ਦਾਂਗੇ ਤੂੰ ਐਂ ਕਰ ਜਵਾਕਾਂ ਦੇ ਮਾਂ ਪਿਓ ਤੋਂ ਸਕੂਲ ਦੇ ਖਿਲਾਫ ਦਰਖਾਸਤ ਲਾ ਦੀ ਮੈਂ ਭਾਈ ਗਿਆ ਨੰਬਰ ਲੈ ਜਵਾਕਾਂ ਤੋਂ 50-60 ਬੰਦਿਆਂ ਨੂੰ ਫੋਨ ਕੀਤਾ ਮੈਂ ਆ ਜਾ ਆਪਾਂ ਕੱਲ੍ਹ ਨੂੰ ਡੀਸੀ ਕੋਲ ਜਾਣਾ ਮਿਲਣ ਦੇ ਭਾਈ 12-13 ਜਵਾਕ ਪੜਦਾ ਸਰਵ ਸਰਕਾਰੀ ਸਕੂਲ ਦਾ ਉੱਪਰੇ ਜਿਹੜਾ ਆਰਐਸਐਸ ਦਾ ਸਕੂਲ ਹੈ ਤੇ 12-13 ਬੰਦੇ ਉੱਠੇ ਸਾਨੂੰ ਬੋਲੀ ਦੀ ਅਹਿਮੀਅਤ ਹੀ ਨਹੀਂ ਪਤਾ ਮਹੱਤਤਾ ਹੀ ਨਹੀਂ ਪਤਾ ਕਿ ਬੋਲੀ ਕਿਸੇ ਕੰਮ ਲਈ ਕੀ ਹੁੰਦੀ ਹੈ ਭਾਈ ਜੋ ਕਿਸੇ ਕੰਮ ਦੀ ਬੋਲੀ ਮਰਦੀ ਹੈ ਨਾ ਕਿਸੇ ਕਹਾਣੀਆਂ ਮਰ ਜਾਂਦੀ ਇਤਿਹਾਸ ਮਰ ਜਾਂਦਾ ਦਰਸਾ ਮਰ ਜਾਂਦਾ ਸਾਹਿਤ ਮਰ ਜਾਂਦਾ ਉਹ ਦੁਨੀਆ ਦਾ ਨਾਮੋ ਨਿਸ਼ਾਨ ਮਰ ਜਾਂਦਾ ਕੌਮ ਦਾ ਦੁਨੀਆ ਦੇ ਉੱਤੋਂ ਜਿਹੜੀ ਕੌਮ ਦੀ ਬੋਲੀ ਮਰ ਜਾਂਦੀ ਪਰ ਸਾਨੂੰ ਕਹਾਣੀ ਨਹੀਂ ਪਤਾ ਜੇ ਆਪਾਂ ਗਿੱਦੜ ਪਿੰਡ ਵੀ ਦੇਖ ਲਈਏ ਮਾੜਾ ਜਾ ਉਹ ਮੁੰਡੇ ਖੜੇ ਆ ਮਰ ਉਹ ਸੋਹਣੇ ਚਿੱਟੇ ਪੱਟ ਕੇ ਆ ਓਏ ਆਈ ਉਹਦੇ ਉਹ ਸੈਂਕਲਾਂ ਤੇ ਬੈਠਾ ਤਾਂ ਆ ਸਾਰੇ ਲਿਆ ਪਿੱਛੇ ਦੁਨੀਆ ਦੇ ਪਿੱਛੇ ਇੱਥੇ ਖੜੇ ਆ ਸਾਹਮਣੇ ਇੱਥੇ ਖੜੇ ਆ ਭਾਈ ਆ ਖੜੇ ਆ ਆਜੋ ਜਿਨ੍ਹਾਂ ਨੂੰ ਇੱਕ ਦੋ
ਆਉਂਦੇ ਨਹੀਂ ਪੰਜਾਬੀ ਚ ਆਪਾਂ ਗੁਰਬਾਣੀ ਪੜ੍ਹਦਾ ਰਾਗ ਆਸਾ ਮਹੱਲਾ ਪਹਿਲਾ ਦੂਜਾ ਆਉਂਦੇ ਆ ਇਹ ਗੁਰਬਾਣੀ ਕਿਵੇਂ ਪੜ੍ਹਨਗੇ ਰਾਗ ਆਸਾ ਮਹੱਲਾ 1-2 ਗੋਰੇ ਗੁਰਬਾਣੀ ਪੜ੍ਹਨ ਲਈ ਪੰਜਾਬੀ ਸਿੱਖ ਰਹੇ ਆ ਆਪਾਂ ਛੱਡ ਰਹੇ ਆ ਯਾਰ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਾ ਪੜ੍ਹਾਓ ਬਾਈ ਪੜ੍ਹਾਓ ਜੀ ਸਭ ਕੇ ਪੜ੍ਹਾਓ ਅੰਗਰੇਜ਼ੀ ਉਰਦੂ ਅਰਬੀ ਫ੍ਰੈਂਚ ਫਾਰਸੀ ਜਿੰਨੀਆਂ ਮਰਜ਼ੀ ਜ਼ਬਾਨਾਂ ਪੜ੍ਹਾਓ ਪਰ ਜੇ ਮਾਂ ਨਾਲ ਟੁੱਟ ਕੇ ਜੜ ਨਾਲ ਟੁੱਟ ਕੇ ਜਾਉਂਦੇ ਕਿਵੇਂ ਰਹੋਗੇ ਮੈਂ ਇਸੇ ਕਰਕੇ ਬੰਗਾਲ ਗਿਆ ਵੀਡੀਓ ਬਣਾ ਬਣਾ ਪਾਈਆਂ ਦੱਖਣੀ ਭਾਰਤ ਦੇ ਸੂਬਿਆਂ ਚ ਗਿਆ ਕੇਰਲਾ ਕਰਨਾਟਕਾ ਆਂਧਰਾ ਤਾਮਿਲਨਾਡੂ ਤੇ ਤੇਲੰਗਾਨਾ ਉੱਥੇ ਦਫ਼ਤਰਾਂ ਚ ਗਏ ਬੈਂਕਾਂ ਚ ਗਏ ਹਸਪਤਾਲਾਂ ਚ ਗਏ ਬਾਈ ਕਚਹਿਰੀਆਂ ਚ ਗਏ ਲੋਕਾਂ ਨੂੰ ਮਿਲੇ ਸੜਕਾਂ ਦੇ ਬੋਰਡ ਬੱਸਾਂ ਦੇ ਬੋਰਡ ਦਫ਼ਤਰਾਂ ਦੇ ਬੋਰਡ ਕਚਹਿਰੀਆਂ ਦੇ ਬੋਰਡ ਦਫ਼ਤਰਾਂ ਕਚਹਿਰੀਆਂ ਦਾ ਕੰਮ ਬੰਗਾਲ ਦਾ ਬੰਗਲਾ ਚ ਕਰਨਾਟਕਾ ਦਾ ਕੰਨੜ ਚ ਕੇਰਲਾ ਦਾ ਮਲਿਆਲਮ ਚ ਤਾਮਿਲਾਂ ਦਾ ਤਾਮਿਲ ਚ ਤੇਲੰਗਾਨਾ ਦੇ ਆਂਧਰਾ ਤੇਲਗੂ ਚ ਇੱਕ ਵੀ ਅੱਖਰ ਦੂਜੀ ਤੀਜੀ ਬੋਲੀ ਦਾ ਨਹੀਂ ਮਿਲਿਆ ਬਾਈ ਮੈਨੂੰ ਕਿਤੇ ਉੱਥੇ ਉੱਥੇ ਇੱਕ ਬਾਈ ਮੋਦੀ ਆ ਗਿਆ ਤਾਮਿਲਨਾਡੂ ਐਮ ਕੇ ਸਟਾਲਿਨ ਮੁੱਖ ਮੰਤਰੀ ਆ ਤਾਮਿਲਨਾਡੂ ਦਾ ਮੋਦੀ ਬੈਠਾ ਸਟੇਜ ਤੇ ਐਮ ਕੇ ਸਟਾਲਿਨ ਬੋਲਿਆ ਉਹ ਕਹਿੰਦਾ ਮੋਦੀ ਸਾਹਿਬ ਇਹ ਤਾਮਿਲ ਹੈ ਸਾਡੀ ਮਾਂ ਬੋਲੀ ਤਾਮਿਲ ਹੈ ਸਾਡੀ ਬੋਲੀ ਸਾਨੂੰ ਜਾਨ ਤੋਂ ਜ਼ਿਆਦਾ ਪਿਆਰੀ ਹੈ ਸਾਡੇ ਉੱਤੇ ਜਬਰੀ ਹਿੰਦੀ ਨਾ ਥੋਪੋ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਿਹੜੀਆਂ ਕੌਮਾਂ ਜਾਗਦੀਆਂ ਚਕੰਨੀਆਂ ਸਚੇਤ ਨੇ ਆਪਣੇ ਭਵਿੱਖ ਨੂੰ ਲੈ ਕੇ ਤੇ ਦੁਨੀਆਂ ਦੇ ਉੱਤੇ ਜਾਗਦੀਆਂ ਕੌਮਾਂ ਜਾਂਦੀਆਂ ਰਹਿੰਦੀਆਂ ਬਾਈ ਜਿਹੜੀਆਂ ਕੌਮਾਂ ਸਾਡੇ ਨੂੰ ਸੌ ਜਾਂਦੀਆਂ ਬੇਸਲੀ ਹੋ ਜਾਂਦੀਆਂ ਮਾਰ ਫਿੱਟ ਜਾਂਦੀਆਂ ਨੇ ਬਾਈ 6700 ਬੋਲੀ ਬੋਲੀ ਨੇ 6700 ਪੂਰੀ ਦੁਨੀਆਂ ਚ 10ਵੇਂ ਨੰਬਰ ਤੇ ਪੰਜਾਬੀ ਹੈ 14 ਕਰੋੜ ਬੰਦਾ ਪੰਜਾਬੀ ਬੋਲਦਾ ਪੂਰੀ ਦੁਨੀਆਂ ਚ ਕਿੰਨਾ ਉੱਚਾ ਨੰਬਰ ਆ 700 ਦੇ ਵਿੱਚੋਂ 10ਵਾਂ ਨੰਬਰ ਆ ਸਾਡਾ ਯੂਨੈਸਕੋ ਜਿਹੜੀ ਦੁਨੀਆਂ ਦੀ ਅਸੀ ਹੈ ਉਹਨੇ ਖੋਜ ਕਰਕੇ ਰਿਪੋਰਟ ਪੇਸ਼ ਕੀਤੀ ਹੈ ਕਿ 21ਵੀਂ ਸਦੀ ਜਿੱਥੇ ਆਪਾਂ ਹੁਣ ਜਾ ਰਹੇ ਹਾਂ ਇਹਦੇ ਬੀਤਦਿਆਂ ਫਿਰ ਜਾਂਦਿਆਂ ਜਾਂਦਿਆਂ ਜਿਹੜੀਆਂ ਬੋਲੀਆਂ ਨੇ ਮਰਨਾ ਲੋਪ ਹੋਣਾ ਖਤਮ ਹੋਣਾ ਉਹ ਤੇ ਪੰਜਾਬੀ ਦੀ ਇੱਕ ਸਾਡੇ ਕੋਲ 70-75 ਸਾਲ ਕੱਢਿਆ ਬਾਈ ਇਹ ਥਾਲੀ ਚ ਭਈ ਰੋਟੀ ਨਹੀਂ ਬਰਫੀ ਤੋੜਾਂ ਦੇ ਮੂੰਹ ਚ ਪਾ ਲਓਗੇ ਦੌਲਤਾਂ ਸ਼ੌਹਰਤਾਂ ਰੁਤਬੇ ਮਾਣ ਸਨਮਾਨ ਪ੍ਰਾਪਤ ਕਰ ਲਓਗੇ ਗਰੀਬਾਂ ਅਮੀਰ ਹੋ ਜਾਵੇ ਜੇ ਬੋਲੀ ਮਰ ਗਈ ਪੂਰੀ ਦੁਨੀਆਂ ਦੀ ਦੌਲਤ ਇਕੱਠੀ ਕਰਕੇ ਕੇ ਬੰਦਿਆਂ ਨੂੰ ਦੇ ਦਿਓ ਕਿ ਸਾਡੀ ਬੋਲੀ ਜਿਉਂਦੀ ਕਰ ਦਿਓ ਨਹੀਂ ਹੋਣੀ ਮੈਂ ਇੱਥੇ ਗਿਆ ਮਾਣੀ ਖੇੜੇ ਪਿੰਡ 11ਵੀਂ ਚ ਪੜ੍ਹੇ ਜਵਾਕ ਕੋਲੇ ਵਾਲੀ ਤਾਂ ਅਕੈਡਮੀ ਚ ਕਹਿੰਦਾ ਭਾਈ ਸਕੂਲ ਦੀ ਪ੍ਰਿੰਸੀਪਲ ਆ ਪੰਜਾਬੀ ਨਹੀਂ ਬੋਲਣ ਦਿੰਦੀ ਬਾਹਰ ਨੰਬਰ ਦੇ ਮੈਂ ਫੋਨ ਲਾ ਨੰਬਰ ਲੈ ਕੇ ਮੁੱਕਰ ਗਈ ਕਹਿੰਦੀ ਨਾ ਇਹ ਤਾਂ ਗੱਲ ਹੀ ਨੀ ਕੋਈ ਮੈਂ ਪੁੱਤ ਕਿਵੇਂ ਪੜ੍ਹਾਉਂਦੇ ਆ ਕਹਿੰਦਾ ਭਾਈ ਖੂਹ ਨੂੰ ਖੂਹਾਂ ਕਹਿਣ ਲਾ ਤਾ ਕੰਧ ਨੂੰ ਦੀਵਾਰ ਉੱਤੇ ਥੱਲੇ ਨੂੰ ਉੱਪਰ ਨੀਚੇ ਕਹਿਣ ਲੱਗ ਗਏ ਖੁਰਕ ਨੂੰ ਖੁਜਲੀ ਕਹਿਣ ਲੱਗ ਗਏ ਉਹ ਕਿਰਲੀ ਨੂੰ ਵੀ ਕਹਿੰਦੇ ਕਿਰਲੀ ਨੂੰ ਕੀ ਕਹਿੰਦੇ ਕਿਰਲੀ ਨੂੰ ਕਿਰਲੀ ਨੂੰ ਕੀ ਕਹਿੰਦੇ ਆ ਚੱਕਲੀ ਸਾਡੇ ਸ਼ਬਦ ਮੈਦਾਨ ਸਿਖਾਇਆ ਹੈ ਪਾਤਰ ਨੇ ਕਿਹਾ ਵਾਕ ਵਾਕ ਸ਼ਬਦ ਸ਼ਬਦ ਵਾਲੀ ਬੋਲੀ ਮਰ ਲਈ ਕਿੰਨੇ ਸ਼ਬਦਾਂ ਦਾ ਵਿਗਾੜ ਪਾਤਾ ਬੋਲੀ ਸੋਡੀ ਮਾਰਤੀ ਆ ਪਿਆਰ ਸੋਡਾ ਕਿਤਾਬਾਂ ਜੋ ਬਦਲੀ ਜਾਂਦੇ ਆ ਨਿਸ਼ਾਨੀਆਂ ਸੋਡੀਆਂ ਭਾਰਤੀਆਂ ਕਿੱਥੇ ਗਈ ਚਮਕੌਰ ਦੀ ਕੱਚੀ ਕੜੀ ਸਰਹੰਦਰੀ ਨੀ ਮਾਸੀਵਾਲ ਦੇ ਜੰਗਲ ਟੋਡਰਮਾਲ ਦੀ ਹਵੇਲੀ ਠੰਡੇ ਬੁਰਜ ਆਨੰਦਪੁਰ ਸਾਹਿਬ ਦੇ ਕਿਲੇ ਬੁੰਗੇ ਦਰਬਾਰ ਸਾਹਿਬ ਜਾਂਦੇ ਹੋ ਮੱਥਾ ਟੇਕਣ ਬੁੰਗੇ ਕਿੰਨੇ ਰਹਿ ਗਏ ਬਾਈ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਾ ਆਕਾਸ਼ ਨੀ ਪੜਦੇ ਇੱਕੋ ਹੀ ਆ ਰਾਮਗੜੀਆ ਲੰਗਰ ਵਾਲੇ ਪਾਸੇ ਖੜਾ ਬਾਕੀ ਚੱਕ ਦੇ 12 ਸਿੱਖ ਮਿਸਲਾਂ ਦਾ ਇਤਿਹਾਸ ਆ ਉਹਨਾਂ ਸਾਹਮਣੇ ਆ ਬੁੰਗਿਆਂ ਚ ਰਾਮਗੜੀਆ ਭਾਈ ਕਨਈਆ ਸੁਖ ਚੱਕੀ ਉਹ 12 ਮਿਸਲਾਂ ਸਿੱਖ ਮਿਸਲਾਂ ਜਿਨ੍ਹਾਂ ਨੂੰ ਇਕੱਠੀਆਂ ਕਰਕੇ ਸ਼ੇਰੇ ਪੰਜਾਬ ਨੇ 50 ਸਾਲ ਰਾਜ ਕੀਤਾ ਸੀ ਸਭ ਚੱਕ ਦੀਆਂ ਨਿਸ਼ਾਨੀਆਂ ਕਿਤਾਬਾਂ ਚੋਂ ਬਦਲਤਾ ਗੌਰ ਕਰਿਓ ਯਾਰ ਜਿੱਦ ਪਿੰਡ ਵਾਲਿਓ ਅੱਜ ਤੋਂ 200, 400, 500 ਸਾਲ ਬਾਅਦ ਕੀ ਮੇਰੇ ਵਾਂਗ ਉੱਠੂਗਾ ਐਡੀਆਂ ਦਾ ਆਪਣੀਆਂ ਨਸਲਾਂ ਨੂੰ ਕਹੂਗਾ ਕਿ ਪੁੱਤਰਾ ਕਿਹੜੇ ਰਾਹਾਂ ਦਾ ਪਾਂਧੀ ਹੋ ਗਿਆ ਸਾਡਾ ਰਾਹ ਤਾਂ ਮਾਸੀ ਪਾੜ ਦੇ ਜੰਗਲਾਂ ਚੋਂ ਨਿਕਲਦਾ ਸਾਡਾ ਇਤਿਹਾਸ ਚਮਕੌਰ ਦੀ ਕੱਚੀ ਕੜੀ ਬੋਲਦੀ ਹੈ ਜਿਹਦੇ ਕੱਲਾ ਕੱਲਾ ਸਵਾ ਸਵਾ ਲੱਖ ਨਾ ਪੜਿਆ
ਸਾਡਾ ਤਾਂ ਸਰਹੰਦ ਦੀਆਂ ਨੀਹਾਂ 'ਚ ਪਿਆ, ਠੰਡੇ ਬੁਰਜਾਂ 'ਚ ਪਿਆ, ਆਨੰਦਪੁਰ ਸਾਹਿਬ ਦੇ ਕਿਲਿਆਂ 'ਚ ਪਿਆ, ਬੁੰਗਿਆਂ 'ਚ ਪਿਆ, ਦਿਓੜੀਆਂ ਹਵੇਲੀਆਂ 'ਚ ਪਿਆ। ਉਹਨੇ ਕਹਿਣਾ ਬਾਪੂ ਇਹ ਬੁੰਗਾ ਕੀ ਹੁੰਦਾ, ਕਿਲਾ ਕੀ ਹੁੰਦਾ, ਕੱਚੀ ਗਲੀ ਕੀ ਹੁੰਦੀ ਹੈ, ਨੀਹ ਕੀ ਹੁੰਦੀ ਹੈ, ਹਵੇਲੀ ਕੀ ਹੁੰਦੀ ਹੈ, ਚਾਰ ਬਾਬਾ ਦੇਖ ਕੇ ਆਏਗੇ ਕੀ ਦਾ ਕਿਲੇ ਹੁੰਦਾ। ਛੋਟੇ ਪਿੰਡ ਕੋਈ ਖੂਹ ਹੈ, ਖੂਹ ਢਾ ਕੇ ਆ ਪਿਛਲੇ ਪਿੰਡ ਨੂੰ ਆਇਆ ਢੇਲੀਆਂ ਤੋਂ, ਮੈਂ ਬਈ ਖੂਹ ਕਹਿੰਦੇ ਲੱਭਦਾ ਇੱਥੇ। ਮੈਂ 50 ਸਾਲ ਨੂੰ ਪੁੱਛੋ ਜਵਾਕ ਨੂੰ, 20 ਸਾਲ ਨੂੰ, 10 ਸਾਲ ਨੂੰ ਪੁੱਛੋ, ਖੂਹ ਹੁੰਦਾ ਸੀ, ਹਰ ਚੱਲਦਾ ਸੀ, ਪਾਣੀ ਭਰਦੇ ਸੀ। ਉਹਨੇ ਕਹਿੰਦਾ ਖੂਹ ਕੀ ਹੁੰਦਾ, ਇਤਿਹਾਸ ਪਿੱਛੋਂ ਪਤਾ ਲੱਗਦਾ ਬਾਈ, ਇਤਿਹਾਸ ਪਤਾ ਲੱਗਦਾ ਨਿਸ਼ਾਨੀਆਂ ਤੋਂ, ਇਮਾਰਤਾਂ ਤੋਂ, ਵਿਰਾਸਤਾਂ ਤੋਂ, ਕੰਧਾਂ ਤੇ ਲੱਗੇ ਨਿਸ਼ਾਨ ਬੋਲਦੇ ਆ ਗੋਲੀਆਂ ਦੇ ਇਤਿਹਾਸ ਨੂੰ, ਜੱਲਿਆਂ ਵਾਲੇ ਬਾਗ ਦੇ ਨਿਸ਼ਾਨ ਜੇ ਸਾਂਭੇ ਗਏ, ਕਿਉਂ ਸਾਂਭੇ ਗਏ, ਤਾਂ ਕਿ ਆਉਣ ਵਾਲਾ ਨਸਲਾਂ ਨੂੰ ਪਤਾ ਲੱਗੇ ਵੀ 1919 ਚ ਕੀ ਹੋਇਆ ਸੀ, ਅਕਾਲ ਤਖ਼ਤ ਸਾਹਿਬ ਨਿਸ਼ਾਨ ਸਾਰੇ ਢਾ ਕੇ ਪੱਥਰ ਚਾੜਤਾ, ਕਿਸਾਨਾਂ ਦਾ ਪਲਾਸਟਰ ਕਰਤਾ, ਨਿਸ਼ਾਨੀਆਂ ਮਿਟਾ ਦੀਆਂ ਕਿਤਾਬਾਂ ਚੋਂ। ਬਾਰਵੀਂ ਦੀ CBSE ਦੇ ਇਤਿਹਾਸ ਦੀ ਕਿਤਾਬ ਆ ਬਾਈ, ਡੇਢ ਮਹੀਨਾ ਮੋਰਚਾ ਲੱਗਿਆ ਕਿਤਾਬ ਦੇ ਲੇਖਕਾਂ ਦੇ ਖਿਲਾਫ, ਪਰਚੇ ਦਰਜ ਹੋਏ ਆ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ। ਕੀ ਲਿਖਿਆ ਪਿਆ, ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ, ਗੁਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਭੋੜਾ ਹੋ ਗਿਆ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦਿਮਾਗ ਹਿੱਲ ਗਿਆ ਸੀ। ਸੋ ਮੇਰੇ ਵਰਗੇ ਬੰਦੇ ਨੇ ਫਿਰ ਕਹਿਣਾ ਕਿ ਪੁੱਤਰਾ ਕਿਤਾਬਾਂ ਪੜ੍ਹ ਲਾ। ਉਸੇ ਜਵਾਕ ਨੇ ਉੱਠ ਕੇ ਕਹਿਣਾ ਕਿ ਬਾਪੂ ਤੂੰ ਕਹਿਣਾ ਕੱਲਾ ਕੱਲਾ ਸਵਾ ਸਵਾ ਲੱਖ ਨਾ ਪੜਿਆ, ਕਿਤਾਬ ਕਹਿੰਦੀ ਆ ਬੱਚੇ ਛੱਡ ਕੇ ਭੱਜ ਗਿਆ ਸੀ, ਤੂੰ ਕਹਿਣਾ ਚਾਂਦਨੀ ਚੌਂਕ ਜਾ ਕੇ ਸੀ ਦਿੱਤਾ ਗੁਰੂਆਂ ਨੇ, ਕਿਤਾਬ ਕਹਿੰਦੀ ਆ ਡਾਕੇ ਮਾਰਦਾ ਰਿਹਾ ਗੁਰੂ ਤੇਗ ਬਹਾਦਰ, ਤੂੰ ਕਹਿਣਾ ਮੀਰੀ ਪੀਰ ਦਾ ਸਿਧਾਂਤ ਦਿੱਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਕਿਤਾਬ ਕਹਿੰਦੀ ਆ ਦਿਮਾਗ ਹਿੱਲ ਗਿਆ ਸੀ, ਨਿਸ਼ਾਨੀਆਂ ਮਿਟਾ ਦੀਆਂ ਕਿਤਾਬਾਂ ਚੋਂ ਬਦਲਤਾ। 328 ਸਰੂਪ ਦਰਬਾਰ ਸਾਹਿਬ ਚੋਂ ਗਾਇਬ ਹੋਏ ਬਾਈ, ਕਿੱਥੇ ਗਏ ਪਤਾ ਲੱਗਿਆ, ਕੋਈ ਅਰਥ ਬਦਲ ਕੇ ਸ਼ਬਦਾਂ ਦੇ ਲਿਆ ਕੇ ਤੁਹਾਡੇ ਗੁਰਦੁਆਰੇ ਰੱਖ ਦੇਣਗੇ। ਕਿੰਨੇ ਬੰਦਿਆਂ ਦੇ ਮੂੰਹ ਜਵਾਨੀ ਜ਼ਿਆਦਾ ਕੰਠ ਹੈ, ਕੱਲੇ ਕੱਲੇ ਸ਼ਬਦ ਦਾ ਅਰਥ ਪਤਾ ਹੈ, ਦੱਸ ਦੇਣਗੇ ਵਿਆਹ ਕਰ ਦੋ ਵੀ ਆਹ ਗਲਾ ਹੋ ਗਿਆ। ਸਮਝੋ ਕਹਾਣੀ ਕਿੱਧਰ ਨੂੰ ਜਾ ਰਹੀ ਆ। ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਵਰਤਾਰੇ ਆਮ ਨਹੀਂ, ਛੋਟੀਆਂ ਬੋਲੀਆਂ ਨੂੰ ਮਾਰਨਾ, ਇਤਿਹਾਸ ਨੂੰ ਕਿਤਾਬਾਂ ਚੋਂ ਬਦਲਣਾ, ਨਿਸ਼ਾਨੀਆਂ ਮਿਟਾਉਣੀਆਂ, ਗੁਰਬਾਣੀ ਦੇ ਵਿੱਚ ਗੱਲਾਂ ਕਰਨੀਆਂ, ਜਵਾਨੀ ਪ੍ਰਵਾਸ ਕਰਕੇ ਬਾਅਦ ਭੇਜਣੀ, ਪਿੰਡਾਂ ਦੇ ਕਬਜ਼ੇ ਕਰਾਉਣੇ, ਧਰਤੀ ਜਿਵੇਂ ਤੁਹਾਡੀ ਖੋਹਣ ਦੀ ਕੋਸ਼ਿਸ਼ ਕਰਨੀ, ਪਾਣੀ ਤੁਹਾਡੇ ਜ਼ਹਿਰੀਲੇ ਕਰ ਦੇਣੇ, ਦਰਿਆਵਾਂ ਦੇ ਧਰਤੀ ਹੇਠਲੇ ਪਾਪਾ ਜਿਹੜਾ ਕੈਮੀਕਲ ਫੈਕਟਰੀਆਂ ਦਾ, ਇਹ ਆਮ ਵਰਤਾਰਾ ਨਹੀਂ, ਇਹ ਤੁਹਾਡੀਆਂ ਨਸਲਾਂ ਦੀ ਤਬਾਹੀ ਦੇ ਵਰਤਾਰੇ, ਤੁਹਾਡੀ ਹੋਂਦ ਹਸਤੀ ਨੂੰ ਮਿਟਾਉਣ ਦੇ ਵਰਤਾਰੇ। ਸੋ ਬਾਈ ਅਸਰ ਉਸਰ ਹੁੰਦਾ ਕਰ ਖੜੀ ਸੀਗੀ ਵੋਟਾਂ ਚ ਤੇ ਸ਼ਹੀਦ ਭਗਤ ਸਿੰਘ ਖੰਡ ਦੇ ਘਰੋਂ, ਮੈਂ 2-2.5 ਮਹੀਨੇ ਬਾਈ ਪ੍ਰਚਾਰ ਕੀਤਾ ਪਿੰਡਾਂ ਚ ਗਿਆ, ਮੈਂ ਲੋਕਾਂ ਨੂੰ ਪੁੱਛਿਆ ਕਹਿੰਦਾ ਮਾਂ ਭਾਈ ਸ਼ਹੀਦ ਸਵਾਤ ਸਿੰਘ ਖੰਡ ਦਾ ਕੌਣ ਹੋਇਆ, ਕਹਿੰਦੇ ਪਤਾ ਨੀ ਜੀ। ਮਹਾ ਬੇਬੇ ਤੂੰ ਜਿੱਤ ਦੀ ਨੀ, ਕਹਿੰਦੇ ਕੱਠ ਤਾਂ ਬਹੁਤ ਹੁੰਦਾ, ਮੈਂ ਕੱਠ ਹੀ ਹੁੰਦਾ ਵੋਟ ਨਹੀਂ ਪਾਉਂਦੇ, ਕਹਿੰਦੀ ਕਾਰਨ ਮਾਂ ਜੀ ਨੂੰ ਐਂ ਨੀ ਪਤਾ ਵੀ ਖਰਡਾ ਕੌਣ ਹੈ, ਉਹਦੇ ਅੰਦਰ ਵੋਟ ਕੀ ਪਾਉਣੀ ਹੈ, ਕੌਮ ਦਾ ਮਹਾਨ ਸ਼ਹੀਦ ਹੋਇਆ ਤੇ ਦੁਨੀਆਂ ਮੰਨਦੀ ਆ ਉਹਨੂੰ ਮਨੁੱਖੀ ਅਧਿਕਾਰ ਦਾ ਸਭ ਤੋਂ ਵੱਡਾ ਅਖਬਾਰਾ। ਕੈਨੇਡਾ ਰਹਿੰਦਾ ਸੀ ਸੱਤ ਸਮੁੰਦਰੋਂ ਪਾਰ, ਪਤਾ ਲੱਗ ਗਿਆ ਸੀ ਉੱਥੇ ਰਹਿੰਦੇ ਨੂੰ ਵੀ ਜੇ ਪੰਜਾਬ ਗਿਆ ਮਾਰ ਦੇਣਗੇ, ਉਹਨੇ ਕੀ ਕਿਹਾ ਕਹਿੰਦਾ ਪੰਜਾਬ ਦੀ ਧਰਤੀ ਦੇ ਉੱਤੇ ਘਾਣ ਹੁੰਦਾ ਹੋਵੇ, ਜਵਾਨ ਦਾ ਸ਼ਿਕਾਰ ਖੇਡਿਆ ਜਾਂਦਾ ਹੋਵੇ, ਝੂਠੇ ਮੁਕਾਬਲੇ ਹੁੰਦੇ ਹੋਣ, ਬੀਬੀਆਂ ਬੱਚੀਆਂ ਦੇ ਬਲਾਤਕਾਰ ਹੁੰਦੇ ਹੋਣ, ਤੇ ਮੈਂ ਇਕੱਠਾ ਲਵਾਂ ਕੈਨੇਡਾ, ਇਹ ਮੇਰੀ ਜ਼ਮੀਰ ਨਹੀਂ ਮੰਨਦੀ ਬਾਈ, ਜਾਊਂਗਾ ਪੰਜਾਬ ਚਾਹੇ ਮਾਰ ਦੇ। ਇੱਥੇ ਆਇਆ ਬਾਈ, ਪਿੰਡੋ ਪਿੰਡੀ ਗਿਆ, ਸ਼ਮਸ਼ਾਨ ਘਾਟਾਂ ਚ ਗਿਆ, ਸਿਵਿਆਂ ਚ ਗਿਆ, 25,000 ਲਾਸ਼ਾਂ ਦੇ ਅੰਕੜੇ ਰਿਕਾਰਡ ਇਕੱਠੇ ਕੀਤੇ, ਜਿਹੜੀਆਂ ਲਵਾਸ ਕਹਿ ਕੇ ਸਾੜਕੀਆਂ ਫੂਕਦੀਆਂ ਝੂਠੇ ਮੁਕਾਬਲੇ ਬਣਾਉਣਾ, ਚੱਕ ਲਿਆ ਇੱਕ ਦਿਨ ਪੁਲਿਸ ਨੇ ਜਿਉਂਦੇ ਨੂੰ, ਚਲੋ ਪੜ ਕੇ ਮਾਰ, ਮਹਿਸੂਸ ਕਰੋ ਦਰਦ ਨੂੰ, ਸਾਡੇ ਚੂੰਡੀ ਵੱਢਦੇ ਨਾ ਤੇ ਡਾਕ ਨਿਕਲ ਜਾਂਦਾ, ਬਚਾਲੋ ਪਾੜ ਕੇ ਮਾਰਿਆ ਜਾਂਦਾ, ਐਡੇ ਐਡੇ ਬੰਦਿਆਂ ਨੂੰ ਜਾਣ ਦੇਣੀ ਸੀ ਬਾਈ। ਮੈਂ ਤਾਂ ਪੁੱਛਿਆ ਸੀ ਕਿ ਮੇਰੀਆਂ ਗੱਲਾਂ ਨੂੰ ਘੰਟਾ ਦੋ ਘੰਟੇ ਯਾਦ ਰੱਖੋਗੇ। 80 ਤੋਂ ਲੈ ਕੇ 95 ਤੱਕ ਬਾਈ ਹਜ਼ਾਰਾਂ ਹੁੰਦੇ ਮਾਰੇ ਆ, ਤੱਕ ਢਾ ਕੇ ਅੱਗਾਂ ਲਾ ਦੀਆਂ, ਗਲਾਂ ਟੈਰ ਪਾ ਕੇ ਫੂਕਤੇ,
जवान मारते नौजवान मटियाला कुड़िया नंगिया करके भरा के प्यो पा दी थाना सी एच जाके चाली चाली साल के माझे चो बरातं नहीं चढ़िया मालवे वालों जो सुलतान माझे ने हटाया पानी देखा किसी घर के पांच कहते अठ शहीद ने रूह कम जाती है कहानी सुन के घर की आप किन्ने चिर भुल गए अस्सी तो लैके पचानवे का दौर सत्त साल 2002 सरकार की थी कैप्टन की कांग्रेस की कम अपने हो जुर्मान हजार साल नहीं भुलदियां जापान बग जाए जापान चीन की बनी सूई नहीं मिलनी सूई नफरत करते जापानी चीनिया कि साढ़े तो 100 साल पहला चीनिया ने जुर्म किया बनिया हुआ सम्मान नहीं लिया असं अपने कातलों को उत्थी क्षमा करते हैं सिर से बिठाते अश्वेत सैनी वर्गे हजार नौजवान मुंडिया के कातल वह बुचड़ बंदे उन्होंने डीजीपी भाई किने बनाया सी टोटे टोटे करके दरिया छोड़ता आडियो सुनी होनी सारे मोबाइल चाहिए पिछे शरीर सिंह गया घरे जैसा चौंके धर्मपत्री कहता कि साड़ी सरकार साथ देवे वो भलिया मान साहब 97 ਦਾ मुख्यमंत्री बन गया तू गृह मंत्री बन गया 15 साल छोड़ी सरकार रही किसी ने बांह फड़ी सी मूह फड़िया सी हाथ फड़िया सी रोकिया सी इंसाफ देने का भाई 98 ਦੇ ਵਿੱਚ 3 ਮੈਂਬਰੀ कमेटी बनती है ADGP BP ਤਿਵਾੜੀ ਦਾ ਮੁਖੀ ਹੁੰਦਾ रिपोर्ट पेश करता इंक्वायरी करके कि ਜਿਹੜਾ ਚੌਂਕੇ ਦੀ ਮੌਤ ਦਾ ਜ਼ਿੰਮੇਵਾਰ SP ਘੋੜਨਾ DSP ਦੇ ਸੱਚੇ ਵਾਰ ਘੋੜ ਦੱਬੀ ਕੀ ਨੇ चार घोटना मर जाता है जलंधर श्रोमणी कमेटी दबाव पाया बालों वालों के आत्मरदास ग्रंथी भेजो हैड ग्रंथी होंगे भाई गुरदेव सिंह बराला वो जवाब देंगे है कि असि वह गुजर की अरदास नहीं करते ज्यौद का भी फिक्र सी मरिया का भी फिक्र सी कि कहते अरदास ना हो गोटले तो जिन्हें एक अपनी प्राइवेट सेना बनाई जिन्हों आर्म सेना कहते सी वो आर्म सेना ने हजार मुंडे मारे घर कमेटी भी दी चेयरमैन ने भी MLA भी बनाया आ बीबी कहती है हरसिमरत कौर आ पिछे मानसा बोली एक दिन कहती बंती सिंह की रिहाई लिए असी काम किया अमृतपाल की कहते सीगे कि कल शोकगढ़ बेली तो आया अग लाओ पंजाब सिटो जेल च जीप चल कहना होंगे सानू दे उदाहरण आई अभी तकड़े को सीधा कर देंगे हूँ एक दो धरने च बैठे जी एक कहने बंदी सिंह असं लड़ रहे हैं चिट्ठिया लड़ रही पंजाब से चिट्ठिया बंद कर गए भी क्यों बंदी सिंह पंजाब ना आज माहौल खराब हो जाऊ हूँ 10 कदमी हो चलाई हुई है कहते असं बंदी सिंह छुड़ा लगे आही काले कानून जिसे खिलाफ 13 महीने लड़के आए 700 बंदा मरवाया यही कानून बारे की कहते असं चंगे बहुत पता लगे लोगों ने पिंड नहीं बन देना कहते माड़े है गठजोड़ तोड़ दिया हूँ कहते गठजोड़ करा शर्त वो पहला हो वोटा मारा फायदा गठजोड़ ही है लोग सामने ही करना आप भाई की प्रभाव आप 19 के मोर्चा लग्या इतने बैल बेअली लिया गोली चली है 3 महीने पहला बरगाड़ी वाला मोर्चा समाप्त हो गया साढ़े लोगों ने 19 दिन इतों आया हरसिमरत बीबा सुखबीर सिंह फिरोजपुर तो आ 21 तरीक न शुभकर्ण मुंडा शहीद होता दिल्ली अपने खिलौरी सिर च गोली बजती है भाई 28 तरीक तक मोर्चा लगता इतने बहने अपने हाईवे रामपुर जाम ला के 28 तरीक न 0 FIR दर्ज हो रही है छापे बंद गौर करो थोड़े ध्यान होने गल 14 च जो गल गोलीकांड हो ਬਾਦਲਾਂ ਨੇ ਅਣਛਾਤੀ ਪੁਲਿਸ ਦੇ ਪਰਚਾ ਦਿੱਤਾ ਸੀ ਤੇ ਭਗਵੰਤ ਕੀ ਕਹਿੰਦਾ ਹੁੰਦਾ ਸੀ ਕਿ ਪੁਲਿਸ ਅਣਛਾਤੀ ਕਿਵੇਂ ਹੋਗੀ ਹੁਣ ਇਹਦੇ ਵਾਰੀ ਕਿਵੇਂ ਹੋਗੀ ਬਾਈ 250 ਬੰਦਾ ਜ਼ਖਮੀ ਆ ਬਾਈ 3 ਮੁੰਡਿਆਂ ਦੀਆਂ ਅੱਖਾਂ ਨਿਕਲ ਗਈਆਂ ਕੋਈ ਪਰਚਾ ਦਰਜ ਹੋਇਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਟਰੈਕਟਰ ਭੰਨੇ ਗੱਡੀਆਂ ਭੰਨੀਆਂ ਕੋਈ ਪਰਚਾ ਦਰਜ ਹੋਇਆ ਪੰਜਾਬ ਦੀ ਹੱਦ ਦੇ ਵਿੱਚੋਂ ਪ੍ਰਤਪਾਲ ਨੂੰ ਚੱਕ ਕੇ ਗਏ ਨਵੇਂ ਗਾਉਣ ਵਾਲੇ ਨੂੰ ਹਰਿਆਣਾ ਪੁਲਿਸ ਵਾਲੇ ਭੰਨ ਕੇ ਕਰੀ ਕਰਕੇ ਲੱਤਾਂ ਬਾਹਰ ਜਵਾਲੇ ਤੋੜ ਕੇ ਗੋਲੀ ਚ ਪਾ ਕੇ ਕੁੱਟਿਆ PGA ਸੱਟਿਆ ਪਿਆ ਪਰਚਾ ਦਰਜ ਹੋਇਆ ਕੋਈ ਨਾ ਹੋ ਗਿਆ ਉਲਟਾ ਪਰਚਾ ਦਰਜ
ਤੁਹਾਡੀ ਆਪਣੀ ਲੜਾਈ ਤੁਹਾਨੂੰ ਆਪ ਲੜਨੀ ਪੈਣੀ। ਜਥੇਬੰਦ ਰੂਪ ਚ ਇਕੱਠੇ ਹੋਇਓ, ਪਿੰਡ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਮੁਲਾਜ਼ਮਾਂ ਦੀ ਜਥੇਬੰਦੀ ਹੈ, ਉਹਦੇ ਨਾਲ ਖੜਜੋ ਬਈ। ਕੋਈ ਘਟਨਾ ਵਾਪਰਦੀ ਹੈ ਪੂਰਾ ਪਿੰਡ ਖੋਲ ਲੰਘ ਜਾ ਕਰੋ। ਤੁਹਾਡੇ ਏਕੇ ਦੀ ਬਹੁਤ ਵੱਡੀ ਤਾਕਤ ਹੈ, ਤੁਹਾਡੇ ਯਾਰ ਹੋਣਾ ਹੈ। ਦਿੱਲੀ ਕਿਸਾਨੀ ਮੋਰਚੇ ਵੇਲੇ ਦੋ ਪਰਚੇ ਹੋਏ ਮੇਰੇ ਤੇ, ਲੱਖ ਰੁਪਇਆ ਸਿਰ ਤੇ ਨਾਮ ਸੀ। ਦਿੱਲੀ ਪੁਲਿਸ ਕਹਿੰਦੀ ਫੜਾਂਗੇ, ਮਹਾਰਾਜ ਇਕੱਠ ਹੋਇਆ, ਪੁਲਿਸ ਵੀ ਆਈ, ਮੈਂ ਵੀ ਆਇਆ, ਜੁੱਤ ਨੀ ਪਈ ਫੜ ਲਈ ਕਿਉਂਕਿ ਲੋਕ ਨਾਲ ਸੀ। ਆਪ ਮਹੰਤ ਨੇ ਪਰਚਾ ਦਿੱਤਾ ਮੇਰੇ ਦੇ ਪਿਛਲੇ ਸਾਲ ਚਿੱਟਾ ਵੇਚਣ ਦਾ, ਹਰੀਕੇ ਪੱਤਰ ਥਾਣੇ ਤਰਨ ਤਾਰਨ ਜ਼ਿਲ੍ਹੇ ਚ, ਇਹ ਲੱਖਾ ਚਿੱਟਾ ਵੇਚ। ਕਾਰਨ ਵੀ ਆਵਾਜ਼ ਦੱਬੋ ਦੀ, ਜਿਹੜਾ ਬੰਦਾ 18 ਸਾਲ ਤੋਂ ਬੋਲੀ ਪਾਣੀ ਸਾਮੀ ਧਰਤੀ ਲੜਦਾ ਹੋਵੇ, ਚਿੱਟਾ ਖਿਲਾਫ ਲੜਦਾ, ਪਰਚਾ ਚਿੱਟਾ ਵੇਚਦਾ। ਆਹੀ ਲੋਕ ਮਹਾਰਾਜ ਇਕੱਠੇ ਹੋਏ, ਪਰਚਾ ਰੱਦ ਕਰਨਾ ਪਿਆ। ਆਪਣਾ ਸਾਥੀ ਭਾਨਾ ਸਿੱਧੂ 20 ਤਰੀਕ ਨੂੰ ਚੱਕਿਆ, ਸੀ ਲੁਧਿਆਣੇ ਲੈ ਗਏ, ਨੰਗਾ ਕਰ, ਵੀਡੀਓ ਬਣਾ, ਜਲੀਲ ਕਰ, ਚੰਨੀ ਖੋਣ ਦੇ ਪਰਚੇ, ਫਿਰੋਤੀਆਂ ਦੇ ਪਰਚੇ, ਜੇ ਲੋਕਾਂ ਨੇ ਇਕੱਠੇ ਹੋ ਕੇ ਬਾਈ ਜਾਮ ਲਾਇਆ ਸੰਗਰੂਰ, ਭਾਨਾ ਰਿਹਾ ਕਰਨਾ ਪਏਗਾ। ਸੋ ਤੁਹਾਡੇ ਚ ਬਹੁਤ ਵੱਡੀ ਤਾਕਤ ਆ ਬਾਈ, ਆਪਣੀ ਤਾਕਤ ਨੂੰ ਪਛਾਣੋ, ਜਿੱਥੇ ਤੁਸੀਂ ਇਕੱਠੇ ਹੋ ਗਏ, ਵੱਡੀਆਂ ਵੱਡੀਆਂ ਹਕੂਮਤਾਂ ਗੋਡੇ ਟੇਕ ਦੇਣਗੀਆਂ। ਇਕੱਠੇ ਹੋ ਕੇ ਮੋਰਚਾ ਜਾਓ, ਸ਼ੰਭੂ ਆ ਜਾਂ ਖਜੌਲੀ ਆ ਜਾਂ ਅੰਮ੍ਰਿਤਸਰ ਆ, ਅੰਮ੍ਰਿਤਪਾਲ ਅੰਮ੍ਰਿਤ ਜਾਣਾ ਚਾਹੀਦਾ ਬਾਈ। ਕੀ ਲੋੜ ਪਈ ਸੀ ਅੰਮ੍ਰਿਤਪਾਲ ਨੂੰ? 8 ਮਹੀਨਿਆਂ ਦੇ ਵਿੱਚ ਇੱਥੇ ਕਿੰਨੀ ਨੌਜਵਾਨੀ ਸਿੱਖੀ ਨਾਲ ਜੋੜ ਗਿਆ, ਕਿੰਨੇ ਨੌਜਵਾਨ ਚਿੱਟਾ ਛੱਡ ਕੇ ਮੈਂ ਮੰਡੀ ਕਰਾ ਗਿਆ। ਦੋ ਮੁੰਡੇ ਮਿਲੇ, ਕਹਿੰਦੇ ਬਾਈ 9 ਚਿੱਟਾ ਪੀਂਦੇ ਲਗਾਤਾਰ 9 ਸਾਲ। ਅੰਮ੍ਰਿਤਪਾਲ ਨੂੰ ਸੁਣਿਆ ਚਿੱਟਾ ਛੱਡ ਕੇ ਦਮਾਲੇ ਬੰਨ ਗਏ, ਦਸਤਾਰਾਂ ਬੰਨ ਗਏ, ਗਾਤਰੇ ਪਾ ਗਏ। ਕੀ ਉਹਦੇ ਬਾਈ ਗੱਡਾ ਗੱਡਾ ਸੀਗਾ ਕਿ ਬਾਂਹ ਅੜੀ ਸੀ ਘਾੜੇ ਚ ਕੋਈ? ਸਾਡੇ ਨਾਲ ਚੋਣ ਖਾਤਰ ਆਇਆ, ਚੱਕ ਕੇ ਨਸ਼ੇ ਲਾ ਕੇ ਠੋਕਿਆ ਜ਼ਰੂਰਗੜ ਸਾਡੇ ਨੂੰ ਜੋ ਅਸੀਂ ਕਹੀ ਗਿਆ ਇਹ ਬੀਜੇਪੀ ਦਾ ਬੰਦਾ, ਇਹ ਸਰਕਾਰ ਦਾ, ਇਹ ਰੱਸੀਆਂ ਦਾ ਬਰਬਾਦੂ ਅਗਲਾਦੂ। ਹੁਣ ਨੀ ਮਰਦੇ ਬਈ, 28 ਮੁੰਡੇ ਮਰੇ ਕੱਟੇ ਵਾਲੀ ਪਿੰਡ, 28 ਮੁੰਡੇ ਨੇ ਪਿੰਡ ਜਾ ਕੇ, ਪਿੰਡ ਵਿਹਲਾ ਹੋਇਆ ਚਿੱਟੇ ਨਾਲ। ਬੰਦਾ ਇੱਕ ਮਰਦੇ ਕੋਲ ਘਾਟਾ ਨੀ ਪੂਰਾ ਹੁੰਦਾ। ਆਹ ਮਾਨਾ ਪਿੰਡ ਗਿਆ, 13 ਮੁੰਡੇ ਮਰੇ ਨੇ, ਰਹਿ ਕੇ ਕਲਾ ਪਿੰਡ ਗਿਆ, 9 ਮੁੰਡੇ 3 ਮਹੀਨਿਆਂ ਚ ਮਰੇ ਆ। 3 ਮੁੰਡਿਆਂ ਦੀ ਉਮਰ ਪਤਾ ਕਿੰਨੀ ਸੀ? 13 ਸਾਲ, 14 ਸਾਲ ਤੇ 15 ਸਾਲ। ਹੁਣ ਪਿੰਡਾਂ ਦੇ ਪਿੰਡ ਵਿਹਲੇ ਹੋਈ ਜਾਂਦੇ ਆ ਬਈ, ਉਹ ਅੰਦਰ ਚੱਕ ਕੇ ਦੇ ਤੇ ਆਪਾਂ ਘਰਾਂ ਦੇ ਕੂੜੇ ਲਾ ਲਏ, ਆਪਾਂ ਕੀ ਲੈਣਾ ਆ? ਕਿੰਨੇ ਬੰਦੇ ਰਹਿ ਗਏ ਬਾਈ, ਗਿਣਤੀ ਦੇ ਬੰਦੇ ਰਹਿ ਗਏ ਯਾਰ। ਅਮੂਸੇ ਵਾਲਾ ਗੰਗਵਾਰ ਚ ਬਰਬਾਦ ਆ, ਦੀਪ ਅਕਸ਼ਗੜ੍ਹ ਚ ਬਰਬਾਦ ਆ, ਇਹ ਚੱਕ ਕੇ ਨਸ਼ੇ ਲਾ ਕੇ ਠੋਕੇ, ਜਿਹੜੇ 2-4 ਹੋਰ ਰਹਿ ਗਏ ਉਹ ਵੀ ਚੋ ਦੇਣਗੇ। ਉਹ ਚਾਹੁੰਦੇ ਆਪਣੇ ਬੰਦਿਆਂ ਨਾਲ ਖੜਾ ਕਰੋ ਬਾਈ, ਮਰਿਆ ਮਗਰੋਂ ਭੋਗਾਂ ਦੇ ਕੱਟ ਕਰਨ ਦਾ ਕੋਈ ਫਾਇਦਾ ਨਹੀਂ। ਸੋ ਬੇਨਤੀ ਆ, ਪਿੰਡ ਵਾਲੋ ਸਵਾਲ ਹੋਇਆ ਪੁੱਛ ਲਿਓ, ਬੇਸ਼ੱਕ ਹਨੇਰਾ ਹੋਇਆ ਪਿਆ, ਮਗਰੋਂ ਨਾ ਬੁਲਾ ਭੰਨਿਓ। ਉਹ ਲਾਲੇ ਵਾਲੇ ਪਿੰਡ ਮੈਂ ਰੁਕਿਆ ਰਾਤ ਨੂੰ, ਮੁੰਡੇ ਕਹਿੰਦੇ ਬਾਈ ਰੁਕਾਂਗੇ ਪਿੰਡ ਗੁਰੂ ਘਰ ਪਹੁੰਚਾਣਾ ਕਰਾਂਗੇ, ਜਿੱਥੇ ਕਈ ਵਾਰੀ ਮੁੰਡੇ ਕਹਿੰਦੇ ਆ ਉੱਥੇ ਰੁਕ ਜਾਂਦੇ ਆ, ਰਾਤ ਨੂੰ ਗੱਲਾਂ ਬਾਤਾਂ ਵੀ ਸਾਂਝੀਆਂ ਕਰਦੇ ਹਾਂ। ਤਾਂ ਉਹ ਕਹਿੰਦੇ ਬਾਈ ਸਾਡੇ ਪਿੰਡ 4-4 ਚੱਲੀ ਜਾਂਦੀ, ਮੈਂ ਕਾਹਦੀ? ਕਹਿੰਦੇ ਲੱਖਾਂ ਵੋਟਾਂ 'ਚ ਖੜਾ ਹੋਊਗਾ। ਮਗਰ ਮੈਂ 12 ਵੀ ਚੋਣ ਲੜੀ, 22 ਵੀ ਲੜੀ ਮੌੜਾਂ ਤੋਂ, 24 ਵੀ ਬਠਿੰਡੇ ਤੋਂ ਲੜੂੰਗਾ। ਚੰਗਾ ਲੱਗਿਆ ਪਾਰੂ ਨਾ ਲੱਗਿਆ ਨਾ ਪਾਓ।